ਗਿਆ ਕਿ ਕਿਤੇ ਬੋਲਦਾ ਨੀ ਸੰਵਿਧਾਨ ਹਟਦਾ ਨੀ। ਜੱਗੀ ਬਾਈ ਬਾਰੀ ਵਾਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੇ ਛੱਲੇ, ਅੱਜ ਮੇਰੇ ਅਮਲੀ ਦੇ ਬੀਮ ਰਕਮ ਵਿੱਚ ਬੋਲੇ। ਬਲਵਿੰਦਰ ਸਿੰਘ ਲਾਡੀ ਨੂੰ ਬੇਨਤੀ ਆ, ਹਮਰਕ ਤੋਂ ਸਾਡੇ ਵਿਚਕਾਰ ਮੇਰਾ ਵੱਡਾ ਵੀਰ ਬਲਵਿੰਦਰ ਸਿੰਘ ਲਾਡੀ, ਤੇ ਖੈਰ ਜਿਹੜਾ ਪਰਦਾ ਅਸੀਂ ਰੱਖਣਾ ਚਾਹੁੰਦੇ ਸੀ ਉਹਨੇ ਆਪ ਹੀ ਜ਼ਾਹਰ ਕਰ ਦਿੱਤਾ ਵੀ ਅਗਲੇ ਸਾਲ ਨੂੰ 50 ਦਾ ਹੋਣ ਲੱਗਾ ਜੀ, ਤੇ ਅਗਲੇ ਸਾਲ ਦਾ ਪ੍ਰੋਗਰਾਮ ਵੀ ਸਪੋਂਸਰ ਹੈ ਹਮਰਕ ਵਾਲਿਆਂ ਵੱਲੋਂ। ਤੇ ਆਪਾਂ ਨੂੰ ਕਵਿਤਾ ਯਾਦ ਹੋਵੇਗੀ, 2 ਸਾਲ ਪਹਿਲਾਂ ਲਾਡੀ ਨੇ ਬੋਲੀ ਸੀ ਮਾਂ ਸੈਨਾ, ਤੇ ਹਰ ਇੱਕ ਬੰਦਾ ਭਾਵੁਕ ਹੋਇਆ ਸੀ ਜਦੋਂ ਕਵਿਤਾ ਸੁਣੀ ਸੀ। ਵਾਰ ਵਾਰ ਉਹਦੀ ਕਹਿ ਕੇ ਫੋਨ ਰੇਡੀਓ 'ਤੇ ਵੀ ਕਹਿ ਕੇ ਕਵਿਤਾ ਸੁਣੀ ਜਾਂਦੀ ਹੈ, ਤਾਂ ਮੈਂ ਬੇਨਤੀ ਕਰੂੰਗਾ ਬਲਵਿੰਦਰ ਸਿੰਘ ਲਾਡੀ ਨੂੰ ਆਪਣੀ ਕਵਿਤਾ ਲੈ ਕੇ ਆਏ। ਲਾਡੀ ਸਾਹਿਬ ਹਮਰਕ ਤਾੜੀਆਂ। ਗੁਰੂ ਨਾਨਕ ਦੇ ਬੂਟੇ ਨੂੰ, ਗੁਰੂ ਨਾਨਕ ਦੇ ਬੂਟੇ ਨੂੰ, ਬਾਬਾ ਬੁੱਢਾ ਜੀ ਦੀ ਫਲਵਾੜੀ ਨੂੰ, ਮੀਡੀਆ ਪੰਜਾਬ ਸੁਣ ਰਹੀ ਦੇਸ਼ ਪ੍ਰਦੇਸ਼ ਵਿੱਚ ਸੰਗਤ ਸਾਰੀ ਨੂੰ, ਵਿੱਚ ਸੰਗਤ ਹਰ ਪ੍ਰਭ ਵਸੇ, ਕੋਈ ਰਸਨਾ ਵਾਂਝੀ ਨਾ ਰਹਿ ਜੇ, ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਸਭ ਤੋਂ ਪਹਿਲਾਂ ਧੰਨਵਾਦ ਵੀਰ ਜੀ ਦਾ, ਵੀਰ ਬਾਸ਼ਵਾ ਜੀ ਦਾ, ਪਰ ਮੇਰੇ ਵੀਰ ਦਾ ਟਾਈਮ ਦੇ ਪਹਿਲੇ ਭੱਟੀ ਸਾਹਿਬ ਕਹਿੰਦੇ ਸਿਫਾਰਿਸ਼ ਕਰਾਂ, ਮੈਂ ਕਹਾਂ ਨਹੀਂ ਰਹਿਣ ਦੇ ਯਾਰ, ਨਹੀਂ ਉਹ ਸੱਚੀ ਪੁੱਛ ਲਓ, ਕਹਿੰਦੇ ਸਿਫਾਰਿਸ਼ ਕਰਾਂ, ਮੈਂ ਕਹਾਂ ਰਹਿਣ ਦੇ, ਲੱਗ ਜਾਣਾ ਨੰਬਰ ਹੈ। ਕਵਿਤਾ ਕਹਿਣ ਤੋਂ ਪਹਿਲਾਂ ਇੱਕ ਛੋਟੀਆਂ 2 ਲਾਈਨਾਂ ਨੇ। ਅਸਾਂ ਕੱਲ੍ਹ ਪੁਰਬ ਮਨਾਇਆ ਮੇਰੇ ਤੀਸਰੇ ਪਾਤਸ਼ਾਹ ਦਾ, ਕਹਿੰਦਾ ਬਾਠਾਂ ਦੀ ਉਮਰ ਹੋਈ ਦਾੜਾ ਹੋਇਆ ਬੱਗਾ, 8-8 ਤੀਰਥ ਸਾਰੇ ਨਹਾਤੇ ਫਿਰ ਵੀ ਰੱਬ ਨਾ ਲੱਭਾ। ਬਾਠਾਂ ਦੀ ਉਮਰ ਹੋਈ ਦਾੜਾ ਹੋਇਆ ਬੱਗਾ, 8-8 ਤੀਰਥ ਸਾਰੇ ਨਹਾਤੇ ਫਿਰ ਵੀ ਰੱਬ ਨਾ ਲੱਭਾ। ਨੇ ਗੁਰੇ ਦੇ ਹੱਥੋਂ ਖਾਦਾ ਸੁਣ ਕੇ ਪੰਡਿਤ ਭੱਜਾ, ਉਮਰ ਸਿਆਣੀ ਹਿਰਦਾ ਕੋਮਲ ਡਾਢਾ ਧੱਕਾ ਵੱਜਾ, ਰਹਿਣ ਉਦਾਸ ਤੇ ਕਰਨ ਅਰਦਾਸ, ਰਹਿਣ ਉਦਾਸ ਤੇ ਕਰਨ ਅਰਦਾਸ, ਕੋਈ ਸੱਚਾ ਸਤਿਗੁਰ ਲੱਭੇ, ਸੁਣੀ ਬਾਣੀ ਬੀਬੀ ਅਮਰੋ ਕੋਲੋਂ ਤੇ ਉੱਠ ਖੰਡੂਰ ਸਾਹਿਬ ਵੱਲ ਭੱਜੇ, ਸੁਣੀ ਬਾਣੀ ਬੀਬੀ ਅਮਰੋ ਕੋਲੋਂ ਤੇ ਉੱਠ ਖੰਡੂਰ ਸਾਹਿਬ ਵੱਲ ਭੱਜੇ। ਉਹਨਾਂ ਮਹਾਂਪੁਰਸ਼ਾਂ ਦੇ, ਮੇਰੇ ਸਤਿਗੁਰ ਜੀ ਦੇ, ਪੂਰਬ ਦੀ ਦੇਸ਼ ਵਿਦੇਸ਼ ਵਿੱਚ ਵੱਸਦੀ ਸੰਗਤ ਨੂੰ ਪੂਰਬ ਦੀ ਲੱਖ ਲੱਖ ਵਧਾਈ ਹੋ। ਦੋਸਤੋ, ਕਵਿਤਾ ਕਹਿਣ ਜਾ ਰਿਹਾ, ਰਿਫਿਊਜੀ ਕਹਿ ਲਓ ਇਹਨੂੰ ਜਾਂ ਆਜ਼ਾਦੀ ਰਾਣੀ ਕਹਿ ਲਓ ਇਹਨੂੰ, ਇਹ ਜਿਹੜੀ ਕਹਾਣੀ ਜਿਹੜੀ ਅੱਧੀ ਤੀਕਰ ਤੇ ਮੈਂ ਹੰਢਾਈ ਹੈ ਤੇ ਅੱਧੀ ਮੇਰੇ ਦਾਦਾ ਜੀ ਨੇ ਹੰਢਾਈ ਸੀ। ਕਹਿੰਦਾ ਮੈਂ ਵੀ ਰਿਫਿਊਜੀ, ਮੇਰਾ ਪਿਤਾ ਵੀ ਰਿਫਿਊਜੀ, ਮੇਰਾ ਦਾਦਾ ਵੀ ਰਿਫਿਊਜੀ, ਮੈਂ ਵੀ ਰਿਫਿਊਜੀ, ਮੇਰਾ ਪਿਤਾ ਵੀ ਰਿਫਿਊਜੀ, ਮੇਰਾ ਦਾਦਾ ਵੀ ਰਿਫਿਊਜੀ, ਆਜ਼ਾਦੀ ਰਾਣੀ ਸਾਨੂੰ ਵਾਰ ਨਹੀਂ ਜੇ ਆਈ, ਉਹ ਪ੍ਰਦੇਸਾਂ ਵਿੱਚ ਖਾਂਦੀ ਫਿਰਦੀ ਧੱਕੇ ਸਾਡੀ ਪੀੜ੍ਹੀ ਤੀਜੀ, ਆਜ਼ਾਦੀ ਰਾਣੀ ਸਾਨੂੰ ਵਾਰ ਨਹੀਂ ਜੇ ਆਈ, ਪ੍ਰਦੇਸਾਂ ਵਿੱਚ ਖਾਂਦੀ ਫਿਰਦੀ ਸਾਡੀ ਧੱਕੇ ਪੀੜ੍ਹੀ ਤੀਜੀ। ਦਾਦਾ ਜੀ ਕਹਿੰਦੇ ਉਹ ਪੁੱਤਰਾ ਅਸੀਂ ਮਰਬਿਆਂ ਦੇ ਮਾਲਕ ਘਰ ਬਾਰ ਛੱਡ ਆਏ, ਮੇਰੇ ਦਾਦਾ ਜੀ ਕਹਿੰਦੇ ਸੀ, ਮੇਰੇ ਦਾਦਾ ਜੀ ਕਹਿੰਦੇ ਉਹ ਪੁੱਤਰਾ ਅਸੀਂ ਮਰਬਿਆਂ ਦੇ ਮਾਲਕ ਘਰ ਬਾਰ ਛੱਡ ਆਏ, ਮੇਰੇ ਦੋ ਸਿਆੜ ਸਾਨੂੰ ਅਸੀਂ ਗਹਿਣਾ ਗੱਟਾ ਦੱਬ ਆਏ, ਮੇਰੇ ਦੋ ਸਿਆਲ ਸਾਨੂੰ ਅਸੀਂ ਗਹਿਣਾ ਗੱਟਾ ਦੱਬ ਆਏ, ਉਹ ਸਾਨੂੰ ਉੱਜੜ ਕੇ ਆਇਆਂ ਨੂੰ ਕਿਸੇ ਗਲ ਨਾਲ ਨਹੀਂ ਲਾਇਆ, ਉਹ ਸਾਨੂੰ ਉੱਜੜ ਕੇ ਆਇਆਂ ਨੂੰ ਕਿਸੇ ਗਲ ਨਾਲ ਨਹੀਂ ਲਾਇਆ, ਇਸ ਆਜ਼ਾਦੀ ਰਾਣੀ ਲਈ ਡੋਲੇ ਹੋਏ ਸਾਡੇ ਖੂਨ ਦਾ ਕੋਈ ਪੁੱਤਰਾ ਕਿਸੇ ਮੁੱਲ ਨਹੀਂ ਪਾਇਆ, ਇਸ ਆਜ਼ਾਦੀ ਰਾਣੀ ਦੇ ਲਈ ਸਾਡੇ ਡੋਲੇ ਹੋਏ ਖੂਨ ਦਾ ਉਹ ਪੁੱਤਰਾ ਕਿਸੇ ਮੁੱਲ ਨਹੀਂ ਪਾਇਆ। ਦੇਸ਼ 47 ਨੂੰ ਦੇਸ਼ ਦੀ ਨਾ ਵੰਡ ਆਖੋ, ਦਾਦਾ ਜੀ ਕਹਿੰਦੇ ਸੀ ਪੁੱਤਰਾ 47 ਨੂੰ ਨਾ ਦੇਸ਼ ਦੀ ਵੰਡ ਆਖੋ, ਵੰਡ ਉਦੋਂ ਵੀ ਪੰਜਾਬ ਦੀ ਹੋਈ ਸੀ ਉਹ ਸੋਹਣਿਆ, ਜੇਲਮ ਚਨਾਬ ਰਾਜੀ ਰਾਵੀ ਬਿਆਸ ਸੱਖ ਲੋਚ ਦੀ ਅੱਖ ਉਦੋਂ ਵੀ ਰੋਈ ਸੀ, ਜੇ ਵਲੋਂ ਚਨਾਬ ਬਿਆਸ ਰਾਵੀ ਸੱਤ ਲੁਜ ਦੀ ਅੱਖ ਉਦੋਂ ਵੀ ਰੋਏ ਸੀ, ਉਹ ਪੁੱਤਰਾ 47 ਵਿੱਚ ਕਹਿੰਦੇ ਦੰਗੇ ਨਹੀਂ ਸਨ ਹੋਏ ਕਰਵਾਏ ਗਏ ਸਨ, 47 ਵਿੱਚ ਦੰਗੇ ਨਹੀਂ ਸਨ ਹੋਏ ਪੁੱਤਰਾ ਕਰਵਾਏ ਗਏ ਸਨ, ਉਦੋਂ ਵੀ ਕਹਿੰਦਾ ਭਰਾਵਾਂ ਤੋਂ ਹੀ ਭਰਾ ਮਰਵਾਏ ਗਏ ਸਨ, ਉਦੋਂ ਵੀ ਕਹਿੰਦੇ ਦਾਦਾ ਜੀ ਭਰਾਵਾਂ ਤੋਂ ਭਰਾ। ਥੈਂਕ ਯੂ ਵੀਰ ਜੀ।
मरवाए गए सन। कहिंदा पंजाब वंडिया, पंजाबी संताली विच पंजाब वंडिया, पंजाबी वंडी लाया योर इना सानू मरवाउंदा। इस आजादी राणी ने सानू पहला तोहफा दिता, जराइन पेशा को पुत्रा साडा पंजाब वंडिया, पंजाबी वंडी लाया योर इन्हां ने सानू मरवाउंदा। इस आजादी राणी ने सानू पहला तोहफा दिता, जराइन पेशा कौम दा। दोस्तो हजे तक इन्हें वापस नहीं दे दिया, जराइम पेशा कौम दा साडे ते इल्जाम लाया ना इन्हां ने, इन्हें हजे तक वापस नहीं दे लिया। कहिंदा फिर पुत्रा वंड होई तेरे देश पंजाब दी, पंजाबी बोली दे नाल। फिर कहिंदा पुत्रा वंड होई तेरे देश पंजाब दी, पंजाबी बोली दे नां ते। कर दित्ते तेरे पंजाब दे इना तीन टोटे, हरियाणा हिमाचल ओ पंजाब दी होई थां ते। फिर कहिंदा वंड होई पंजाब दी, पंजाबी बोली दे नां ते। कर दित्ते तीन टोटे, हरियाणा हिमाचल पंजाबी बोली दे नां ते। साडा सिख राज गया, सिख राज दी राजधानी गई लाहौर शहर। साडा सिख राज गया, सिख राज दी राजधानी गई। ओ पुत्रा असा हस हस फांसियां दे रस्से चुमे, ओ पुत्रा हस हस असा फांसियां दे रस्से चुमे। ओ साडी इस आजादी दी हर कीती कुर्बानी, साडी इस आजादी ले कीती हर कुर्बानी गई। इन्हां इसनू देश दी ना वंड आख, वंड उदों भी पंजाब दी होई सी, इनू देश दी ना वंड आख, वंड उदों भी पंजाब दी होई सी। सतलुज प्यास रावी चनाब जेलम दी अख पुत्रा उदों भी रोई सी। असा कहिंदा इन्हां ने तेरे देश पंजाब नूं वंड 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 के इन्ना वंड दिता, चार वारी वंडिया गया। इन्हां तेरे देश पंजाब नूं वंड 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 के इन्ना वंड दिता, तेरी सिख कौम नूं बदनाम करन दी खातर इन्हां ने भंड भंड के इन्ना भंड दिता। इन्हां ने तेरी सिख कौम नूं बदनाम करन दी खातर पांड पांड के इना पांड दिता। असा हक मंगे, असा हक मंगे इना सानू अतवादी बना दिता, असा हक मंगे इना सानू अतवादी बना दिता। सिख कौम नू सबक सिखाउन खातर हरमंदर साहिब ते टैंक करवा दिता। सिख एक सानू सबक सिखाउना चाहुंदे सी, सिख कौम नू सबक सिखाउन खातर हरमंदर साहिब ते टैक करवा दिता। कहिंदा अगू दिन मेरी जिहड़े दादा जी तो बाद अगू मैं जो अपनी अखां दे विच जिहड़ा सुनिया जां वेख्या जां तो लगदा हो। कहिंदा खालसा पंथ शहीदां दे सरताज दा शहीदी पुरब मना रिहा सी, खालसा पंथ शहीदां दे सरताज दा शहीदी पुरब मना रिहा सी। ਵਿਪਰ ਲਾ ਕੇ ਵੱਡੀ ਫੌਜ ਸਿੱਖ ਕੌਮ ਦੀ ਨਸ਼ਰ ਕੁਸ਼ੀ ਕਰਨ ਆ ਰਿਹਾ ਸੀ। 3 ਜੂਨ ਬੋਲਤਾ ਹਰਮੰਦਰ, 3 ਜੂਨ ਬੋਲਤਾ ਹਮਲਾ ਹਰਿਮੰਦਰ ਸਾਹਿਬ ਤੇ ਮਾਰੇ ਬੇਕਸੂਰ ਨੇ। ਲਾਇਆ ਪੰਜਾਬ ਵਿੱਚ ਕਰਫਿਊ, ਨਸ਼ੇ ਹਕੂਮਤ ਵਿੱਚ ਵਿਪਰ ਚੂਰ ਨੇ 38 ਗੁਰਦੁਆਰਿਆਂ ਸਾਹਿਬ ਤੇ ਕਰ ਕਬਜ਼ਾ, ਗੋਲੀਆਂ ਚਲਾਉਣ ਲੱਗੇ ਨਸ਼ੇ ਹਕੂਮਤ ਵਿੱਚ ਅੰਨੇ। ਨਾਨਕ ਦਰ ਨਾਲ ਜ਼ੋਰ ਅਜਮਾਉਣ ਲੱਗਾ, ਨਸ਼ਾ ਬੜੀ ਚੀਜ਼ ਹੁੰਦਾ ਵੀਰੋ, ਕਿਸੇ ਨੂੰ ਹਕੂਮਤ ਦਾ ਹੋ ਜਾਂਦਾ, ਕਈ ਕਹਿੰਦੇ ਮੈਂ ਪੀਂਦਾ ਹੀ ਨਹੀਂ। ਉਹ ਨਾ ਪੀਤਾ ਉਹ ਕੋਈ ਗੱਲ ਨਹੀਂ, ਸਾਥੀ ਪੀਤਾ ਸਿਰੇ ਲੈ ਗਿਆ, ਪਰ ਆਹ ਜਿਹੜਾ ਨਸ਼ਾ ਨਾ ਕਈ ਵਾਰੀ ਪੁਸ਼ਤਾਂ ਹੀ ਲੈ ਜਾਂਦਾ, ਕਿਉਂਕਿ ਤਿੰਨ ਪੁਸ਼ਤਾਂ ਸੀ, ਦਾਦਾ ਨਹਿਰੂ ਧੀ ਕੀ ਕੁਛ ਕੀਤਾ ਇਹਨਾਂ ਨੇ ਸਾਡੇ ਨਾਲ, ਨਸ਼ੇ ਹਕੂਮਤ 'ਚ ਹੀ ਹੋਇਆ ਸਾਡੇ ਨਾਲ। 17 ਵਾਅਦੇ ਕੀਤੇ ਸੀ, ਮੈਂ ਕਲੈਂਡ ਭੁੱਲ ਗਿਆ ਸੀ, 17 ਵਾਅਦੇ ਕਰਕੇ ਗਿਆ ਨਹਿਰੂ ਸਾਡੇ ਨਾਲ ਮੁੱਕਰ ਸੀ। ਅਸੀਂ ਸਿੱਖ ਪੁੱਤਰਾ ਰਹਿ ਗਏ ਹੱਥਾਂ ਦੇ ਦੰਦਿਆਂ ਤੇ, ਹੱਥਾਂ ਦੇ ਦੰਦੀਆਂ ਵੱਢਦੇ, ਸਾਨੂੰ ਮਿਲਿਆ ਕੋਈ ਨਹੀਂ ਉੱਤਰ ਸੀ। ਇਹ ਮੈਂ ਲਾਈਨ ਪਿੱਛੇ ਦਾਦਾ ਦੀਆਂ ਲਾਈਨਾਂ ਭੁੱਲ ਗਿਆ ਸੀ, ਮੈਂ ਦੁਬਾਰਾ ਰਿਪੀਟ ਕਰ ਦਿਆਂ।
ਨਸ਼ੇ ਹਕੂਮਤ ਵਿੱਚ ਨਾਨਕ ਦਰ ਨਾਲ ਜ਼ੋਰ ਅਜਮਾਉਣ ਲੱਗੇ। ਸੋਚਿਆ ਇਹਨਾਂ ਨੇ ਟੈਂਕਾਂ ਤੋਪਾਂ ਨਾਲ ਹਰਿਮੰਦਰ ਸਾਹਿਬ ਤੇ ਹਮਲਾ ਕਰਾਂਗੇ। ਅਸੀਂ ਦੁਨੀਆਂ ਦੀ ਸੱਤਵੀਂ ਤਾਕਤ ਸੰਤਾਂ ਨੂੰ ਕਹਿੰਦਾ ਹੱਥੋਂ ਹੱਥੀ ਜਾ ਫੜਾਂਗੇ। ਸਿੰਘਾਂ ਵਿੱਚ ਰੋਹ ਫੈਲਿਆ ਮਾਰੇ ਜੋਸ਼ ਦੇ ਲਲਕਾਰੇ, ਸਿੰਘਾਂ ਵਿੱਚ ਰੋਹ ਫੈਲਿਆ ਮਾਰੇ ਜੋਸ਼ ਦੇ ਲਲਕਾਰੇ। ਡੌਲੇ ਫੜਕੇ ਜੋਸ਼ ਵਿੱਚ ਭਾਜੜ ਪੈ ਗਈ ਸਰਕਾਰੇ, ਡੌਲੇ ਫੜਕੇ ਜੋਸ਼ ਵਿੱਚ ਭਾਜੜ ਪੈ ਗਈ ਸਰਕਾਰੇ। ਦਿੱਲੀ ਕੰਬੀ ਵਿਦਿਆ ਕੰਬਿਆ ਬਰਾੜ ਕੰਬਿਆ, ਕੰਬ ਗਏ ਨੇ ਸਾਰੇ। ਉਹ ਬਲਿੰਦਰ ਸਿੰਘ ਲਾਡੀਆ ਜਦੋਂ ਆਪਣੇ ਆਪਣਿਆਂ ਨੂੰ ਮਾਰਦੇ ਲਾਣਤ ਪੈਂਦੀ ਵਿੱਚ ਸੰਸਾਰੇ, ਜਦੋਂ ਆਪਣੇ ਆਪਣਿਆਂ ਨੂੰ ਮਾਰਦੇ ਲਾਣਤ ਪੈਂਦੀ ਸੰਸਾਰੇ। ਜੂਨ 84 ਵਿੱਚ ਕਹਿਣੀ ਕਰਨੀ ਦੇ ਪੂਰੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੂਰੇ ਸ਼ਹੀਦੀਆਂ ਪਾ ਗਏ। ਜੂਨ 84 ਵਿੱਚ ਕਹਿਣੀ ਕਰਨੀ ਦੇ ਪੂਰੇ ਸਿੰਘ ਸ਼ਹੀਦੀਆਂ ਪਾ ਗਏ ਨੇ। ਆ ਦੁੱਧ ਪੀਣੇ ਸਾਡੇ ਮਜਨੂੰ ਅਕਾਲੀ, ਆ ਦੁੱਧ ਪੀਣੇ ਸਾਡੇ ਮਜਨੂੰ ਅਕਾਲੀ ਬਾਹਾਂ ਖੜੀਆਂ ਕਰਕੇ ਆ ਗਏ ਨੇ। ਆਪੀ ਲਾਈ ਇਹਨਾਂ ਨੇ ਅੱਤਵਾਦ ਦੀ ਅੱਗ ਤੇ ਸਾੜ ਦਿੱਤਾ ਪੰਜਾਬ। ਆਪੀ ਲਾਈ ਅੱਤਵਾਦ ਦੀ ਅੱਗ, ਦਿੱਤਾ ਸਾੜ ਪੰਜਾਬ। ਸਿੱਖਾਂ ਨੂੰ ਮਾਰਨ ਲਈ ਇਹਨਾਂ ਆਪੀ ਕੀਤੇ ਸੀ ਮਾਹੌਲ ਖਰਾਬ। ਇਹਨਾਂ ਫੀਤੀਆਂ ਲਾਈਆਂ ਮੋਢਿਆਂ ਤੇ ਜਿਹਨਾਂ ਭਾਈਆਂ ਨੇ ਭਾਈ ਮਾਰੇ ਪੰਜਾਬ, ਇਹਨਾਂ ਫੀਤੀਆਂ ਲਾਈਆਂ ਮੋਢਿਆਂ ਤੇ ਜਿਹਨਾਂ ਭਾਈਆਂ ਨੇ ਭਾਈ ਮਾਰੇ। ਲਾਸ਼ਾਂ ਲਵਾਰਸ ਹੋ ਕੇ ਸੜੀਆਂ, ਪੁੱਤ ਘਰ ਨੂੰ ਨਾ ਮੁੜੇ। ਦੁਹਾਈ ਦੇਣ ਮਾਪੇ ਵਿਚਾਰੇ ਕਈ ਟਾਇਰ ਪਾ ਕੇ ਸਾੜ ਦਿੱਤੇ, ਕਈ ਫੜ ਫੜ ਇਹਨਾਂ ਮਾਰ ਦਿੱਤੇ, ਕਈ ਮਰ ਸਰੀਰੋਂ ਗਏ ਨੇ, ਕਈ ਮਰ ਜ਼ਮੀਰੋਂ ਗਏ ਨੇ, ਕਈ ਭੱਜ ਪ੍ਰਦੇਸਾਂ ਨੂੰ ਆਏ ਨੇ, ਕਈ ਛੱਡ ਦੇਸਾਂ ਨੂੰ ਆਏ ਨੇ। ਬਲਵਿੰਦਰ ਸਿੰਘ ਲਾਡੀਆ, ਪ੍ਰਦੇਸਾਂ ਵਿੱਚ ਧੱਕੇ ਖਾਂਦੇ ਆ ਫਿਰ ਵੀ ਪ੍ਰਦੇਸੀ ਕਹਲਾਨੇ ਆ, ਰੈਫਿਊਜੀ ਕਹਲਾਨੇ ਆ। ਪ੍ਰਦੇਸਾਂ ਵਿੱਚ ਧੱਕੇ ਖਾਂਦੇ ਆ, ਰੈਫਿਊਜੀ ਕਹਲਾਨੇ ਆ। ਮੈਂ ਵੀ ਰੈਫਿਊਜੀ, ਮੇਰਾ ਪਿਤਾ ਵੀ ਰੈਫਿਊਜੀ, ਮੇਰਾ ਦਾਦਾ ਵੀ ਰੈਫਿਊਜੀ। ਆਜ਼ਾਦੀ ਰਾਣੀ ਸਾਨੂੰ ਵਰ ਨਹੀਂ ਜੇ ਆਈ, ਧੱਕੇ ਖਾਂਦੀ ਪੈਂਦੀ ਸਾਡੀ ਪੀੜ੍ਹੀ ਤੀਜੀ। ਇਹ ਕਾਫੀ ਬੰਦ ਹੈ, ਕਵਿਤਾ ਦੇ ਨਾਲ ਤੇ ਨਹੀਂ ਮੇਰੇ ਖਾਂਦਾ। ਕਹਿੰਦਾ ਇੰਨਾ ਹੋਇਆ ਖੂਨ ਖਰਾਬਾ ਹਜੇ ਵੀ ਹੋਸ਼ ਨਾ ਆਉਂਦੀ ਮੇਰੀ ਸਿੱਖ ਕੌਮ ਭੋਲੀ। ਉਹ ਭੋਲੇ ਵੀਰੋ, ਜਿਨ੍ਹਾਂ ਕੋਲੋਂ ਤੁਸੀਂ ਇਨਸਾਫ ਮੰਗਦੇ ਹੋ, ਉਹੀ ਤਾਂ ਮਾਰਦੇ ਨੇ ਤੁਹਾਡੀ ਹਿੱਕ ਵਿੱਚ ਗੋਲੀ ਨੂੰ। ਮੰਗਿਆ ਮੌਤ ਨਾ ਆਵੇ, ਤੁਸੀਂ ਇਨਸਾਫ ਮੰਗਦੇ ਹੋ। ਇਨਸਾਫ ਮੰਗਿਆ ਨਹੀਂ ਮਿਲਦਾ ਵੀਰੋ, ਇਨਸਾਫ ਲੈਣਾ ਪੈਂਦਾ ਹੈ। ਇਹ ਬਲਿੰਦਰ ਸਿੰਘ ਲਾਡੀ ਨਹੀਂ, ਸਾਡਾ ਸਿੱਖ ਇਤਿਹਾਸ ਪੈਂਦਾ ਹੈ। ਸਿੱਖ ਇਤਿਹਾਸ ਬੇਨਤੀ ਹੈ, ਜੋੜ ਦੇ ਸਾਰੇ ਆਇਓ ਜੀ, ਹੈ ਨਾ, ਕਿਉਂਕਿ ਇੱਕੋ ਵਾਰੀ ਕਿਨਾਵਾਂ ਦਾ ਹੋ ਗਿਆ ਮੈਂ। ਤੇ ਦੂਸਰੀ ਹੈ ਕਿ ਮੇਰੇ ਵੀਰ ਜੀ ਸਰਦਾਰ ਕੁਲਦੀਪ ਸਿੰਘ ਜੀ ਸ਼ੇਰੇ ਪੰਜਾਬ, ਸਪੈਸ਼ਲ ਧੰਨਵਾਦ ਉਹਨਾਂ ਦਾ ਮੇਰੇ ਵੱਲੋਂ। ਮੇਰਾ ਨਾ ਬਹੁਤ ਜ਼ਿਆਦਾ ਕਲਮ ਦੇ ਵਿੱਚ, ਲਿਖਣ ਦੇ ਵਿੱਚ ਬਹੁਤ ਜ਼ਿਆਦਾ ਸਾਥ ਦਿੱਤਾ। ਉਹਨਾਂ ਦੀ ਥੋੜ੍ਹੀ ਜਿਹੀ ਸਿਹਤ ਖਰਾਬ ਹੈ, ਸਾਡੇ ਜਰਮਨ 'ਚ ਕਹਿੰਦੇ ਨੇ ਵੱਡੇ ਵੈਸਰਾਂ ਉਹਨਾਂ ਵਾਸਤੇ। ਔਰ ਫੀਲ ਡੰਕ ਜਿਹੜੇ ਵੀਰ ਜੀ ਆਏ ਨੇ, ਵੀਰ ਮੁਹਤਾਰ ਸਿੰਘ, ਇਹਨਾਂ ਵੀ ਗੁੱਡੇ ਬੈਸਰਾਂ ਜਰਮਨ ਦਾ ਵਰਡ ਵੀ ਜੀ, ਤੁਹਾਨੂੰ ਮੇਰਾ ਮਾਲਕ ਤੰਦਰੁਸਤੀ ਬਖਸ਼ੇ, ਹੋਈਆਂ ਗਲਤੀਆਂ ਨਹੀਂ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਲਾੜੀ ਜੀ ਹੁਣ ਕਹਿ ਕੇ ਗਏ ਕਿ ਸਾਰੇ ਆਇਓ, ਕਿਉਂਕਿ ਉਹ 50 ਸਾਲ ਦੇ ਹੋਣੇ, ਕਹਿੰਦੇ ਮੈਂ ਇੱਕੋ ਵਾਰੀ 50 ਸਾਲ ਦਾ ਹੋਵਾਂ। ਤੇ ਅਸੀਂ ਤਾਂ ਰੱਬ ਅੱਗੇ ਇਹੀ ਦੁਆ ਕਰਾਂਗੇ ਤੁਸੀਂ ਗੋਲਡਨ ਜੁਬਲੀ ਮਨਾਓ ਅਤੇ ਡਾਇਮੰਡ ਜੁਬਲੀ ਮਨਾਓ, ਤਾਂ ਕਿ 100 ਸਾਲ 'ਚ ਹੁਣ ਜਿਵੇਂ ਤੁਹਾਡੇ ਕੋਲ ਆਈਏ ਜੇ ਅਸੀਂ ਜਿਉਂਦੇ ਰਹੇ ਤਾਂ। ਸਾਡੇ ਵਿੱਚ ਹੁਣੇ ਤਸ਼ਰੀਫ ਲੈ ਕੇ ਆਏ ਨੇ ਬਰਲਿਨ ਤੋਂ ਤਰਲੋਚਨ ਸਿੰਘ ਸਿੱਧੂ ਸਾਹਿਬ, ਸੁਰਿੰਦਰ ਸਿੰਘ ਸ਼ੇਖੋ ਜੀ, ਇੰਦਰਜੀਤ ਸਿੰਘ ਰਾਜਾ, ਬਲਜਿੰਦਰ ਸਿੰਘ ਪੰਨੂ ਜੀ। ਅਸੀਂ ਤੁਹਾਡਾ ਸਾਰਿਆਂ ਦਾ ਮੀਡੀਆ ਪੰਜਾਬ ਦੇ ਵਿਹੜੇ 'ਚ ਹਰਦੀਪ ਦੌਰੋਂ ਸਵਾਗਤ ਕਰਦੇ ਹਾਂ। ਅਤੇ ਸਾਡੇ ਅਗਲੇ
ਜਿਹੜੇ ਵੀਰ ਨੇ ਉਹ ਹੈ ਆ ਰਹੇ ਨੇ ਆਪਣੀ ਇੱਕ ਮਿੰਟ ਲਈ ਕਵਿਤਾ ਲੈ ਕੇ ਗੁਲਜ਼ਾਰ ਸਿੰਘ ਜੀ ਨੂੰ ਵਰਤ ਤੋਂ ਸੋ ਮੈਂ ਗੁਜ਼ਾਰਿਸ਼ ਕਰੂੰ ਗੁਲਜ਼ਾਰ ਸਿੰਘ ਜੀ ਨੂੰ ਉਹ ਇੱਕ ਮਿੰਟ ਲਈ ਆ ਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਾਡੀ ਸਾਹਿਬ ਨੇ ਜੋ ਪੰਜਾਬ ਦੇ ਇਤਿਹਾਸ ਦੇ ਸਾਡੇ ਸਾਹਮਣੇ ਰੱਖੇ ਹੈ ਉਹ ਸਾਡੇ ਸਾਰਿਆਂ ਦੇ ਇਤਿਹਾਸ ਨੂੰ ਜੋ ਪੰਜਾਬ ਦਾ ਇਤਿਹਾਸ ਹੈ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਇਹਨਾਂ ਨੇ ਜੋ ਗੱਲ ਆਪਣੇ ਸਾਰਿਆਂ ਦੇ ਸਾਹਮਣੇ ਰੱਖੀ ਹੈ ਉਹ ਹੋਰ ਕਾਫੀ ਸੀਰੀਅਸ ਹੋ ਗਿਆ ਮੈਂ ਇਸ ਨੂੰ ਥੋੜ੍ਹਾ ਜਿਹਾ ਬਦਲਣ ਦੀ ਕੋਸ਼ਿਸ਼ ਕਰਾਂਗਾ ਇੱਕ ਰਬਾਈ ਹੈ ਚਾਹੁੰਦਾ ਹਾਂ ਪਰ ਕਹਿ ਨਹੀਂ ਸਕਦਾ ਚਾਹੁੰਦਾ ਹਾਂ ਪਰ ਕਹਿ ਨਹੀਂ ਸਕਦਾ ਇਤਨਾ ਹੈ ਦਰਦ ਕਿ ਸਹਿ ਨਹੀਂ ਸਕਦਾ ਇਸ ਦਰਦ ਦਾ ਮੂਲ ਕਾਰਨ ਹੈ ਜੁਦਾਈ ਤੇਰੀ ਕਿਉਂਕਿ ਬਿਨ ਦੇਖੇ ਮੈਂ ਤੈਨੂੰ ਰਹਿ ਨਹੀਂ ਸਕਦਾ ਪੰਜਾਬੀ ਇਤਿਹਾਸ ਦੀ ਗੱਲ ਕਰੀਏ ਤਾਂ ਬਾਬਾ ਫਰੀਦ ਬਾਦਸ਼ਾਹ ਤੋਂ ਗੱਲ ਸ਼ੁਰੂ ਹੁੰਦੀ ਹੈ ਵਾਰਿਸ਼ ਸ਼ਾਹ ਦੇ ਸੰਬੰਧ ਵਿੱਚ ਪੰਜਾਬੀ ਦਾ ਆਧੁਨਿਕ ਕਵੀ ਵਿਧਾਤਾ ਸਿੰਘ ਤੀਰ ਲੈਂਦਾ ਹੈ ਸੱਚੀ ਬੋਲੀ ਦੇ ਵਾਰਸਾ ਸੱਚ ਮੰਨੀ ਮਿੱਠੀ ਬੋਲੀ ਦੇ ਵਾਰਸਾ ਸੱਚ ਮੰਨੀ ਮੰਨਾ ਮੈਂ ਪੰਜਾਬ ਦਾ ਫਿਰ ਤੈਨੂੰ ਦਿੱਤੀ ਜਿੰਦ ਤੋਂ ਹੀਰ ਸਲੇਟੜੀ ਨੂੰ ਦੇਗੀ ਸਦਾ ਦੀ ਜ਼ਿੰਦਗੀ ਕੀ ਵਾਰਿਸ ਨੇ ਜੋ ਸ਼ੁਰੂ ਦੇ ਵਿੱਚ ਪੰਜਾਬ ਦਾ ਸਾਰਾ ਇਤਿਹਾਸ ਪੰਜਾਬ ਦਾ ਸੱਭਿਆਚਾਰ ਜੋ ਉੱਥੋਂ ਦੇ ਰਸਮ ਰਿਵਾਜ਼ ਸਨ ਉਹਨਾਂ ਨੂੰ ਆਪਣੀ ਲੇਖਣੀ ਦੇ ਵਿੱਚ ਦਰਜਬੰਦ ਕੀਤਾ ਹੈ ਉਸ ਤੋਂ ਬਾਅਦ ਪੰਜਾਬੀ ਬੋਲੀ ਦੀ ਸੇਵਾ ਸਿੱਖਾਂ ਨੂੰ ਪਹੁੰਚਦੀ ਹੈ ਗੁਰੂ ਨਾਨਕ ਕਾਲ ਦੇ ਵਿੱਚ ਭਗਤੀ ਕਾਲ ਦੇ ਵਿੱਚ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ ਉਸ ਤੋਂ ਬਾਅਦ ਫਿਰ ਕਿੱਸਾ ਕਾਲ ਆਉਂਦਾ ਹੈ ਅਤੇ ਮਾਡਰਨ ਯੁੱਗ ਦੇ ਉਹ ਮੇਰੇ ਵੀਰ ਬੈਠੇ ਹਨ ਸਿੱਧੀ ਜੀ ਗੱਲ ਕਰਾਂ ਪੰਜਾਬ ਦੇ ਹਾਲਾਤ 'ਤੇ ਜਾਂ ਪੰਜਾਬੀ ਸੱਭਿਆਚਾਰ 'ਤੇ ਜਾਂ ਜੋ ਵੀ ਪੰਜਾਬ ਦੀ ਤਰਾਸਦੀ ਹੈ ਉਹਨਾਂ ਸਾਰਿਆਂ ਨੂੰ ਮੁੱਖ ਰੱਖ ਕੇ ਦੇਸ਼ਾਂ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਨੂੰ ਆਪਣੀ ਕਲਮ ਰਾਹੀਂ ਮੀਡੀਆ ਰਾਹੀਂ ਅਖਬਾਰਾਂ ਰਾਹੀਂ ਜੋ ਵੀ ਕੁਛ ਲਿਖਿਆ ਜਾ ਰਿਹਾ ਹੈ ਇਹ ਪੰਜਾਬੀ ਬੋਲੀ ਦੀ ਬਹੁਤ ਹੀ ਇੱਕ ਵਧੀਆ ਦਿਸ਼ਾ ਹੈ ਕਿਉਂਕਿ ਕੋਈ ਪੰਜਾਬੀ ਨੂੰ ਕਦਰਾਂ ਨਹੀਂ ਪੰਜਾਬੀ ਮਾਂ ਬੋਲੀ ਜਿਹੜੀ ਹੈ ਬਹੁਤ ਇਹਦਾ ਭਰਪੂਰ ਅਤੇ ਵਧੀਆ ਵਿਰਸਾ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜੋ ਘੱਟੋ ਘੱਟ ਉਹ ਪੰਜਾਬੀ ਇੱਥੇ ਆਉਣ ਕੇ ਬਾਹਰਲੇ ਦੇਸ਼ਾਂ ਵਿੱਚ ਬੋਲਣੀ ਸਿੱਖ ਲੈਣ ਜੇ ਉਹ ਕਿਤੇ ਇੰਡੀਆ ਜਾਣ ਤਾਂ ਉੱਥੇ ਵੀ ਉਹਨਾਂ ਨੂੰ ਪੰਜਾਬੀ ਬੋਲਣੀ ਆਉਂਦੀ ਹੋਵੇ ਹਰ ਗੱਲ ਸਮਝ ਸਕਣ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪ ਜੀ ਦਾ ਧੰਨਵਾਦ ਕਰਦਾ ਹਾਂ ਕਿ ਬੱਚਿਆਂ ਨੂੰ ਪੰਜਾਬੀ ਸਿਖਾਉਣਾ ਇੱਕ ਨੁਕਤਾ ਹੈ ਬਾਕੀ ਹੋ ਸਕਿਆ ਬਹੁਤ ਸਾਰੀਆਂ ਗੱਲਾਂ ਹਨ ਜਿਹਨਾਂ ਵੱਲ ਆਪਾਂ ਧਿਆਨ ਦੇਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸਰਦਾਰ ਗੁਰਜਾਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਇੱਕ ਬੇਨਤੀ ਛੋਟੀ ਜੀ ਕਰਦੇ ਹਾਂ ਫਿਰ ਚੁੱਪ ਦਾ ਦਾਨ ਬਖਸ਼ੋ ਔਰ ਜਾਦੂ ਬਾਕਸ ਵਾਲਿਆਂ ਵੱਲੋਂ ਅੱਜ ਸਪੈਸ਼ਲ ਖਾਸ ਔਫਰ ਲਾਈ ਗਈ ਹੈ ਅੱਜ ਦੇ ਸਮਾਗਮ ਦੇ ਕਰਕੇ ਕਿ ਕਿਸੇ ਨੇ ਜਾਦੂ ਬਾਕਸ ਪ੍ਰਾਪਤ ਕਰਨਾ ਹੋਵੇ ਮੀਡੀਆ ਪੰਜਾਬ ਟੀਵੀ ਸਰਵੇ ਦੇ ਉੱਤੇ ਚੱਲਦਾ 180 ਯੂਰੋ ਦੇ ਵਿੱਚ ਅੱਜ ਮਿਲ ਰਿਹਾ ਹੈ ਪਿੱਛੇ ਖਾਨ ਸਾਹਿਬ ਬੈਠੇ ਨੇ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ ਮੈਂ ਬੇਨਤੀ ਕਰੂੰਗਾ ਮਨਵੀਰ ਸਿੰਘ ਬੜੈਚ ਮਿਊਂਚਨ ਤੋਂ ਜੋ ਆਪਣੀ ਕਵਿਤਾ ਨਾਲ ਸਾਰੇ ਦਰਸ਼ਕਾਂ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਇੱਕ ਗੱਲ ਦੀ ਵਧਾਈ ਵੀ ਆ ਮਿਊਂਚਨ ਵਾਲਿਆਂ ਨੂੰ ਕਿ ਅੱਜ ਉਹਨਾਂ ਦੇ ਵਿਹੜੇ ਦੇ ਵਿੱਚ ਇੱਕ ਬੂਟਾ ਲੱਗਾ ਬੂਟਾ ਤਾਂ ਬਹੁਤ ਚਿਰ ਤੋਂ ਲੱਗਾ ਪਰ ਕਵੀ ਦੇ ਰੂਪ ਦੇ ਵਿੱਚ ਅੱਜ ਬੂਟਾ ਲੱਗਾ ਮੇਰਾ ਵੀ ਮਨ ਨਾਲ ਕਵਿਤਾ ਲੈ ਕੇ ਆ ਰਿਹਾ ਕਵੀ ਦਾ ਸਾਰੇ ਪਸੰਦ ਕਰੋਗੇ ਮਨਵੀਰ ਸਿੰਘ ਬੜੈਚ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਅਤੇ ਬਾਜਵਾ ਸਾਹਿਬ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਮੈਨੂੰ ਚੇਤੇ ਅੱਜ 25 ਸਾਲ ਪੁਰਾਣੀ ਗੱਲ 30 ਸਾਲ ਪੁਰਾਣੀ ਸਾਡੇ ਘਰਦਿਆਂ ਨੇ ਸਾਨੂੰ ਛੋਟਿਆਂ ਨੂੰ ਕਹਿੰਦੇ ਜਦੋਂ ਕੋਈ ਲੈ ਕਰੋ ਕਾਕਾ ਤੁਸੀਂ ਜਦੋਂ ਜਿੰਝ ਸੁੰਝ ਖੜੇ ਖੜੇ ਜਾਇਆ ਕਰੋ ਅਤੇ ਅਸੀਂ ਸਾਡੇ ਪਿੰਡਾਂ 'ਚ ਆਮ ਹੀ ਇਹ ਬਾਦਸ਼ਾਹ ਇੱਕ ਰੋਜ਼ ਲੱਗ ਲੱਗ ਕੇ ਪਿੰਡਾਂ 'ਚ ਅਸੀਂ ਭੁੰਨ ਚੱਲ ਜਾਇਆ ਕਰਦਾ ਉੱਥੇ ਜਿੱਦਾਂ ਛੇਹ 'ਚ ਕਈ ਵਾਰ ਜਾਣਾ ਅਤੇ ਵੱਡੇ ਵੱਡੇ ਭਲਵਾਨਾਂ ਨੇ ਖੁੱਲੀ ਜਾਣਾ ਸਾਡੀ ਵਾਰੀ ਹੋਣੀ ਇਹਦੇ ਮੁੜ ਕੇ ਆਉਣਾ ਮੈਨੂੰ ਅੱਜ ਲੱਗਦਾ ਉੱਦਾਂ ਨਹੀਂ ਸੁਣਿਆ ਜਿੱਦਾਂ ਵੱਡੇ ਵੱਡੇ ਭਲਵਾਨ ਸਾਹਿਬ ਆਏ ਨਹੀਂ ਸ਼ਾਇਦ ਇੱਦਾਂ ਬੁੜਾ ਕੇ ਫਿਰ ਵਾਪਸ ਆਪਣਾ ਲੈ ਲਓ ਵੋਟਾਂ ਬਾਕੀ ਬਾਜਵਾ ਸਾਹਿਬ ਕੁਮਾਰ ਹੋਰੇ ਨੇ ਟੀਮ ਨੂੰ ਬਹੁਤ ਜ਼ਿਆਦਾ ਵਧਾਈ ਜਿਹੜੇ ਪੰਜਾਬ ਨੂੰ ਹਾਂਜੀ
ਮੈਂ ਫਸਟ ਟਾਈਮ ਬੋਲ ਰਿਹਾ ਇਸ ਕਰਕੇ ਥੋੜੀ ਜਿਹੀ ਘਬਰਾਹਟ ਜੀ ਆ ਰਹੀ ਹੈ, ਪਰ ਮੈਨੂੰ ਡਰਨ ਵਾਲੀ ਗੱਲ ਕੋਈ ਨਹੀਂ, ਮੈਂ ਬੈਠਾ ਦੇਖਿਆ ਦੋ ਚੜ੍ਹਨ ਵਾਲੇ ਰਾਹ ਰੱਖੇ ਪਿੱਛੇ ਭੱਜਣ ਵਾਲਾ ਕੋਈ ਰੱਖਿਆ ਔਰ ਤੈਨੂੰ ਸਭ ਤੋਂ ਜਿਹੜਾ ਦਰਜੀ ਆ ਜਾਂ ਲਾਗ ਦੇ ਉੱਪਰ ਆ ਕਰਦਾ ਜਾਂ ਆਪਣੇ ਕਫਲ ਉੱਪਰ ਲਾ ਕੇ ਰੱਖਦਾ, ਮੈਂ ਕੰਮ ਵੀ ਤੈਨੂੰ ਜ਼ਿਆਦਾ ਕਰਦੀ, ਮੈਂ ਫੇਰ ਪੈਰੇ ਰੋਲਦੀ ਰਹਿੰਦੀ। ਉਹਨੇ ਫਿਰ ਜਵਾਬ ਦਿੱਤਾ ਸੂਈ ਨੇ, ਉਹ ਕਹਿੰਦੀ ਵੀ ਗੱਲ ਇੱਕੋ ਹੀ ਆ ਵੀ ਮੈਂ ਜਿੱਥੇ ਵੀ ਚੱਲਿਆ ਮੈਂ ਜੋੜਨਾ ਕੰਮ ਕੀਤਾ, ਔਰ ਜਿੱਥੇ ਤੂੰ ਚੱਲੀ ਤੂੰ ਹਮੇਸ਼ਾ ਪਾਲ ਹੀ ਪਾਏ ਵੱਢਿਆ ਹੀ ਆ। ਔਰ ਇਸ ਕਰਕੇ ਬਾਜਵਾ ਸਾਹਿਬ ਦਾ ਸਿਰ ਮੱਥਿਆਂ ਦਾ ਧੰਨਵਾਦ ਕਰਦੇ ਹਾਂ ਵੀ ਇਹਨਾਂ ਨੇ ਜਿੱਥੇ ਚਾਹ ਦੀ ਜੋੜੇ ਆ ਔਰ ਇਹਨਾਂ ਨੇ ਪਾੜੇ ਨਹੀਂ, ਮਾਰੇ ਨਾਲ ਤਰੱਕੀ ਵਾਜੀ ਹੈਗੀ ਆ। ਗੱਲਾਂ ਬਹੁਤ ਜ਼ਿਆਦਾ ਜਿੱਥੇ ਆਈਆਂ ਪਰ ਇੱਥੇ ਆ ਕੇ ਸਾਰੀਆਂ ਭੁੱਲ ਗਈਆਂ। ਹਾਂਜੀ ਕੁਛ ਮੇਰੇ ਵੀਰਾਂ ਨੇ ਬਹੁਤ ਸਿਆਣੇ ਗੱਲਾਂ ਕੀਤੀਆਂ ਪਰ ਮੇਰੇ ਸਿਆਣੇ ਨਹੀਂ ਸਿਆਣੇ ਨਾ ਹੋ ਸਕਦਾ, ਪਰ ਥੋੜ੍ਹੇ ਮਜ਼ਾਕੀ ਤੌਰ 'ਤੇ ਮਾਈਂਡ ਨਾ ਕਰ ਸੁਣਾਗੇ। ਹਾਂਜੀ ਕਹਿੰਦੇ ਜੀ ਨਿੱਗਰ ਬੰਦਾ ਨਿੱਗਰ ਅਸਲਾ, ਔਰ ਨਿੱਗਰ ਅਸਲਾ ਕਦੀ ਹੱਥੋਂ ਗਵਾਈਏ ਨਾ, ਨਿੱਗੀ ਜੀ ਮਹਿਫਲ ਵਿੱਚ ਉੱਠ ਕੇ ਕਦੀ ਚੋਰੀ ਘਰ ਨੂੰ ਜਾਈਏ। ਕਹਿੰਦੇ ਹੋਵੇ ਨਿੱਗਰ ਬੰਦਾ ਨਾਲ, ਹੋਵੇ ਨਿੱਗਰ ਬੰਦਾ ਨਾਲ ਜੇ ਤੇਰੇ ਮੁਸੀਬਤ ਵਿੱਚੋਂ ਬਚਾ ਲੂਗਾ, ਖੁਬੀ ਤੇ ਮੁੰਡਾ ਲਾ ਦੂਗਾ। ਇਹੋ ਜਿਹੇ ਮਰਦਾਂ ਦੀ ਕਿਤੇ ਕੀਮਤ ਪੈਸੇ ਵਾਲਾ ਕਦੇ ਵਾਹੀਏ ਨਾ, ਨਿੱਗੀ ਜੀ ਮਹਿਫਲ ਦੇ ਵਿੱਚੋਂ ਕਦੇ ਚੋਰੀ ਉੱਠ ਕੇ ਜਾਈਏ। ਹਾਂਜੀ ਕਹਿੰਦੇ ਬਾਜਵਾ ਸਾਹਿਬ ਕਹਿੰਦੇ ਹੁੰਦੇ ਮਹਿਫਲ ਵਿੱਚ ਕਈ ਸੱਜਣ ਪਧਾਰੇ ਬਈ, ਉਹਨਾਂ ਕਈ ਹੁੰਦੇ ਕਹਿੰਦੇ ਮਹਿਫਲ ਵਿੱਚ ਕਈ ਸੱਜਣ ਪਧਾਰੇ ਬਈ, ਜਿਹਨਾਂ ਲਿਆਂਦੇ ਚੰਦ ਚੰਦ ਤੋਂ ਤੋਰ ਤਾਰੇ ਬਈ ਤਾਰੇ, ਪਰ ਹੁੰਦੇ ਉਹਨਾਂ ਕਈ ਚੰਦ ਚਾੜੇ ਬਈ। ਹਾਂਜੀ ਗੱਡ ਹਵੇਲੀ ਮਾਲਾ ਕਿੱਲਾ, ਕਿਤੇ ਡੰਗਰਾਂ ਦਾ ਕਾਂਡ ਕਰਾਈਏ ਨਾ, ਨਿੱਕੀ ਜੀ ਮਹਿਫਲ ਦੇ ਵਿੱਚ ਉੱਠ ਕੇ ਕਦੀ ਚੋਰੀ ਘਰ ਨੂੰ ਜਾਈਏ। ਵਾਹਿਗੁਰੂ ਖਾਲਸਾ ਛੱਪੜ ਚ ਨਿਕਲ ਬਾਹਰ ਤੂੰ, ਹਾਥੀ ਕਹਿੰਦਾ ਜਾ ਯਾਰ ਤੂੰ ਚੱਲ ਜਾ ਤੂੰ ਮੰਮੀ ਰੋਲਾ ਪਈ ਜਾਂਦਾ, ਨਹੀਂ ਕਹਿੰਦਾ ਤੂੰ ਬਾਹਰ ਨਿਕਲ ਇੱਕ ਵਾਰੀ, ਹਾਥੀ ਬਾਹਰ ਆ ਗਿਆ ਕਹਿੰਦਾ ਜਾ ਹੁਣ ਨਾ ਲਾਓ, ਕਹਿੰਦਾ ਦੱਸ ਗੱਲ ਕੀ ਬਣਾਇਆ ਕਰ ਸੀ, ਕਹਿੰਦਾ ਮਸਾਂ ਦੇਖਣਾ ਸੀ ਤੂੰ ਕੱਛਾ ਕਿਹੜਾ ਪਾ ਕੇ ਨਾ ਆਇਆ। ਸੋ ਕੋਈ ਨੀ ਵੀਰ, ਅਗਲੀ ਵਾਰੀ ਜਦੋਂ ਤੁਸੀਂ ਆਓਗੇ ਸੋ ਵਧੀਆ ਬੋਲ ਕੇ ਜਾਓਗੇ, ਖੈਰ ਕੋਈ ਗੱਲ ਨਹੀਂ ਬੁਲਾਉਣਾ ਸਾਹਮਣੇ। ਅਤੇ ਹੁਣ ਸਾਡੇ ਸਾਹਮਣੇ ਆ ਰਹੇ ਨੇ ਮੁਖਤਾਰ ਸਿੰਘ ਜੀ, ਕੈਮਿਸਟ ਸ਼ਹਿਰ ਤੋਂ ਕੈਮਿਸਟਰੀ ਹੈ। ਹਾਂਜੀ ਸੋ ਮੈਂ ਗੁਜ਼ਾਰਿਸ਼ ਕਰੂੰਗਾ ਕਿ ਉਹ ਵੀ ਆ ਕੇ ਦੋ ਮਿੰਟ ਲਈ ਆਪਣੇ ਵਿਚਾਰ ਸਾਂਝੇ ਕਰਨ ਸਾਡੇ ਨਾਲ। ਤਾਲੀਆਂ ਕਿਹੜੀਆਂ ਹੀ ਪੈਂਦੀਆਂ, ਤਾਂ ਹੀ ਵੱਜਦੇ ਤਾਂ ਹੀ ਵੱਜਦੇ। ਬਹੁਤ ਹੀ ਮੈਨੂੰ ਖੁਸ਼ੀ ਹੋਈ ਸਿੱਧੂ ਨੂੰ ਲੈਣਾ ਚਾਹ ਕੇ ਚੱਲ ਕੇ ਸੁਰੱਖਿਆ ਦੇ ਦਰਸ਼ਨ ਹੋਏ। ਸਭ ਤੋਂ ਪਹਿਲਾਂ ਮੈਂ ਕਹਾਂਗਾ ਕਿ ਮੀਡੀਆ ਪੰਜਾਬ ਦੇ ਭਾਈ ਗੁਰਦੇਵ ਸਿੰਘ ਜੀ ਬਾਜਵਾ ਸਾਡੇ ਪਿੰਡ ਜੀ, ਜਿਨ੍ਹਾਂ ਨੇ ਇੰਟਰਨੈਟ ਦੇ ਰਾਹੀਂ ਮੀਡੀਆ ਪੰਜਾਬ ਟੀ ਵੀ ਦੇ ਰਾਹੀਂ ਮੀਡੀਆ ਪੰਜਾਬ ਰੇਡੀਓ ਦੇ ਰਾਹੀਂ ਜੋ ਪੰਜਾਬ ਦੀ ਆਵਾਜ਼ ਪੰਜਾਬੀਅਤ ਜਿਸ ਨੂੰ ਬਹੁਤ ਹੀ ਵਧੀਆ ਔਰ ਵਧੀਆ ਢੰਗ ਦੇ ਨਾਲ ਇਸ ਆਵਾਜ਼ ਨੂੰ ਬੁਲੰਦ ਕਰਕੇ ਦੇਸ਼ ਵਿਦੇਸ਼ ਵਿੱਚ ਔਰ ਹਰ ਘਰ ਦੇ ਵਿੱਚ ਪਹੁੰਚਾਇਆ ਇਹਨਾਂ ਦਾ
बहुत बहुत धन्यवाद। मैं ज़्यादा समय नहीं लाँगा, एक दो गल्लां करनियां क्योंकि साडे कवि वीर बैठे हैं, क्योंकि इन्हां दी कलम दे विच्चों निकली कोई लिख किसी के जीवन दे विच किते ना किते काम करके जरूर तब्दीली लिया सकती है। बड़िया सोहनिया गल्लां कीतियां मेरे वीरां ने, नशियां बारे गल्लां होईआं, होर बहुत सारिया गल्लां जो साडे समाज दे विच जो अज जिन्हां चीज़ां तों सानूं समझना चाहिए वो साडे अगे रखियां। सो एक मैं गल करन जा रहा, अज तो 13-14 साल पहला साडे पटियाले तों एम पी डॉक्टर जो प्रोफेसर साहब सिंह, शायद तुसी उन्हां दा टीका श्री ग्रंथ साहिब दे दर्पण पढ़िया होएगा, उन्हां दी पोतरी हरशरजीत कौर एम बी डॉक्टर डॉक्टर पटियाले दे विच 14 साल पहला वो बठिंडे इलाके दे विच एक कैंप लाण जा रहे सी अपने पिंडां दे विच, पिंडां दे लोकां नूं जागृत करन वास्ते। उन्हें दस्या कि जदों असी एक बठिंडे दे इलाके दे विच जा रहे सीगे ते हमेशा ही आपां नूं पता है आपां पंजाब तों आए हां, पंजाब दे रहिण वाले हां, कि पंजाब दे विच हड्डा रोड़ी हर घर दे हर पिंड दे बाहर जरूर हुंदी है जिथे बड़े डंगरां नूं सुट्टिया जांदा है। कहिंदी जदों असी उत्थों हड्डा रोड़ी दे कोलों गुजर रहे सीगे तां उत्थे झाड़ां दे विच इक बच्चे ने सानूं आवाज़ सुनी, ਜਦੋਂ ਆਵਾਜ਼ ਸੁਣੀ ਕਹਿੰਦੀ ਮੇਰਾ ਹਸਬੈਂਡ ਮੇਰੇ ਨਾਲ ਸੀਗਾ, ਅਸੀਂ ਉੱਥੇ ਰੁਕੇ। ਜਦੋਂ ਰੁਕੇ ਤਾਂ ਉੱਥੇ ਅਸੀਂ ਕੁੱਤਿਆਂ ਦਾ ਝੁੰਡ ਵੀ ਦੇਖਿਆ। ਕਹਿੰਦੀ ਅਸੀਂ ਕੋਸ਼ਿਸ਼ ਕੀਤੀ ਉਹ ਝੁੰਡ ਕੋਲ ਜਾਣ ਦੀ, ਅਸੀਂ ਜਦੋਂ ਝੁੰਡ ਦੇ ਕੋਲ ਪਹੁੰਚੇ ਇੱਕ ਕੁੱਤੇ ਨੇ ਉਸ ਬੱਚੇ ਦੀ ਬਾਹ ਫੜੀ ਹੋਈ ਅਤੇ ਭੱਜ ਨਿਕਲਿਆ, ਔਰ ਦੂਸਰੇ ਕੁੱਤੇ ਨੇ ਇੱਕ ਲੱਤ ਫੜੀ ਹੋਈ ਉਹ ਵੀ ਭੱਜ ਨਿਕਲਿਆ। ਜਦੋਂ ਕਹਿੰਦੀ ਅਸੀਂ ਉਸ ਨੇੜੇ ਗਏ ਤਾਂ ਉਸ ਬੱਚੇ ਦਾ ਜਿਹੜਾ ਸਿਰ ਸੀਗਾ ਉਹ ਵੀ ਕੁੱਤਿਆਂ ਨੇ ਖਾਧਾ ਹੋਇਆ। ਕਹਿੰਦੀ ਇਹ ਦ੍ਰਿਸ਼ ਵੇਖ ਕੇ ਉਹ ਇੱਕ ਭਰੂਣ ਇੱਕ ਬੱਚੀ ਸੀ, ਇੱਕ ਡਾਕਟਰ ਹੋਣ ਦੇ ਨਾਤੇ ਕਹਿੰਦੀ ਮੇਰੇ ਪੈਰਾਂ ਦੇ ਵਿੱਚੋਂ ਮੇਰੀ ਜ਼ਮੀਨ ਨਿਕਲ ਗਈ। ਮੈਂ ਤਲਾਸ਼ ਕੀਤੀ ਉਸ ਪਿੰਡ ਵਿੱਚ ਜਾ ਕੇ ਵੀ ਇਹ ਕਾਰਨਾਮਾ ਕਿਹਨੇ ਕੀਤਾ। ਜਦੋਂ ਕਹਿੰਦੀ ਸਾਨੂੰ ਇਹ ਪਤਾ ਲੱਗਿਆ ਅਸੀਂ ਉਸ ਮਾਂ ਨੂੰ ਮਿਲੇ, ਉਸ ਮਾਂ ਨਾਲ ਗੱਲ ਕੀਤੀ ਵੀ ਤੂੰ ਇਹ ਕੀ ਕੀਤਾ। ਉਹ ਕਹਿੰਦੀ ਕਿ ਮੇਰੀਆਂ ਪਹਿਲਾਂ 3 ਬੇਟੀਆਂ ਸੀ, ਮੇਰੇ ਘਰ ਵਾਲੇ ਨੇ ਕਿਹਾ ਜੇ ਹੁਣ ਬੇਟੀ ਪੈਦਾ ਹੋ ਗਈ ਇਹਨਾਂ 3 ਬੇਟੀਆਂ ਨੂੰ ਤੇ ਤੈਨੂੰ ਇਸ ਘਰ ਦੇ ਵਿੱਚੋਂ ਕੱਢ ਦਿੱਤਾ ਜਾਏਗਾ। ਕਹਿੰਦੀ ਮੈਂ ਆਪਣੇ ਆਪ ਨੂੰ ਬਚਾਉਣ ਵਾਸਤੇ ਇਹਨਾਂ 3 ਬੇਟੀਆਂ ਨੂੰ ਬਚਾਉਣ ਵਾਸਤੇ ਇਹ ਕਰਮ ਕੀਤਾ। ਸੋ ਗੱਲ ਹੋ ਰਹੀ ਹੈ ਜਿਹੜੀ ਮੈਂ ਕਰ ਰਿਹਾ ਭਰੂਣ ਹੱਤਿਆ ਦੀ, ਜੋ ਪੰਜਾਬ ਦੇ ਵਿੱਚ ਜੋ ਅੱਜ ਸਾਡੇ ਮੱਥੇ 'ਤੇ ਕਲੰਕ ਲੱਗ ਚੁੱਕਿਆ, ਇਹ ਇਸ ਨੂੰ ਆਪਾਂ ਕਿੱਦਾਂ ਹਟਾਉਣਾ। ਔਰ ਉਸ ਡਾਕਟਰ ਨੇ ਉਸ ਦਿਨ ਤੋਂ ਆਪਣੀ ਐਮ ਡੀ ਦੀ ਸਰਵਿਸ ਛੱਡ ਦਿੱਤੀ। ਅੱਜ ਪਟਿਆਲੇ ਦੇ ਵਿੱਚ 322 ਬੱਚੀਆਂ ਉਹਦੇ ਕੋਲ ਉਹਦੇ ਅੰਡਰ ਰਹਿ ਰਹੀਆਂ ਨੇ, ਔਰ ਪਿੰਡ ਪਿੰਡ ਵਿੱਚ ਜਾ ਕੇ ਹੋਕਾ ਦੇ ਰਹੀ ਹੈ ਕਿ ਇਹ ਭਰੂਣ ਹੱਤਿਆ ਇਹ ਕਰਮ ਨਾ ਕਰਿਆ ਜੇ, ਜੇ ਕਿਸੇ ਦੇ ਘਰ ਕੋਈ ਬੱਚੀ ਨਹੀਂ ਰੱਖਣਾ ਚਾਹੁੰਦਾ ਸਾਨੂੰ ਪਟਿਆਲੇ ਪਹੁੰਚਾ ਦਿਓ। ਸੋ ਮੇਰੀ ਬੇਨਤੀ ਹੈ, ਇਸੇ ਤਰ੍ਹਾਂ ਹੀ ਆਸ਼ਰਮ ਜਲੰਧਰ ਦੇ ਵਿੱਚ ਚੱਲ ਰਿਹਾ। ਸੋ ਮੇਰੀ ਬੇਨਤੀ ਹੈ ਮੇਰੇ ਵੀਰਾਂ ਨੂੰ ਕਿ ਇਹੋ ਜਿਹੇ ਕੰਮਾਂ 'ਤੇ ਜਿੱਥੇ ਸਾਡਾ ਸਹਿਯੋਗ ਬਣਦਾ ਹੈ, ਅਸੀਂ ਸੇਵਾ ਬਹੁਤ ਕਰਦੇ ਹਾਂ, ਧਨ ਸਾਡੇ ਕੋਲ ਬਹੁਤ ਹੈ, ਲੇਕਿਨ ਮੈਂ ਚਾਹੁੰਦਾ ਕਿ ਆਪਾਂ ਇਹੋ ਜਿਹੇ ਚੰਗੀ ਜਗ੍ਹਾ 'ਤੇ ਲਾਈਏ ਜਿਹੜੀਆਂ ਅੱਜ ਸਾਡੀਆਂ ਬੱਚੀਆਂ ਉੱਥੇ ਪਾਲ ਰਹੇ ਨੇ,
उन्हों का प्रवेश हो रही है उन्होंने पढ़ाई लिखाई का वो आप जरूर सहयोग करिए। अगली गल नशियां दी सारे वीर तो मैं सुनी है जो पंजाब दे विच जो साड़ी जवानी नवाज बिल्कुल पैरां दे विच रोल दिता है। अमृतसर जिन्हों आप सिखी का घर कहने सर्वे दे विच आया कि 30% तो ज़्यादा एड्स की बीमारी उत्थे हो चुकी है नौजवानों। आने वाले 10 साल दे विच तुसी देखोगे कि किस तरह कब्रां नूं लाशां जांदियां ने नौजवानों दीआं और सारे पंजाब दे विच जिथे एड्स इन्ना घर पसारा कर चुकी है नशियां ने भी कोई उत्थे घट नहीं किया। कोई घर शायद बचिया होवे जिथे कोई नौजवान नशा नहीं कर रहा। नशे भी यहोजे ने कि जिन्हों लग गया उस तो बाद उसकी मौत है। पिछले हफ्ते दास भाई गुलजार सिंह जी बैठे हैं न्यूनबर्ग तो गल असी पंजाब की करते सी गल पंजाब की नहीं रह गई ये पसारा अज इत्थे भी आ चुकिया है। न्यूनबर्ग पिछले हफ्ते 30 साल के नौजवान की मौत हुई है वो मेरे पिंड तो कुछ 7-8 किलोमीटर दूर जो पड़ताल की कारण की उस नौजवान को इतने जर्मन के रेंद्या होया भी नशे की आदत पै चुकी सी। इतों तक मैं सुनिया कि 150 यूरो का वो टीका लगा लग पाया सी। नशा ना पूरा होने कारण 2 हफ्ते पहला उस नौजवान ने ट्रेन के थले अपनी सिर दे के मौत जी है कबूल की और असी पिछले हफ्ते संस्कार करके आए हैं। शायद तुम पढ़िया होगा मीडिया पंजाब के। सो गल पहला पंजाब की सी गल पंजाब की नहीं रह गई अज ये पसारा साढ़े नौजवानों के बार भी पहुँच चुका है। मैं कैबिनेट्स तो आया साढ़े कैबिनेट्स के अजील केस होंगे आ नवे मुंडे आते पंजाब तो और मेरे को एक लड़का काम कर रहा है 1 हफ्ता होया उन्हें मैं दसिया कि असी उत्थे आने साढ़े आने तो पहला उत्थे हाइम के नशा पहुँच जाता है। ये इत्थे गल कर रहा मैं पंजाब की नहीं कर रहा। हुण असी सोचना यह है कि असी गल उत्थे दी कर रहे सी अज ये दुखांत सानू इत्थे भी झलना पैना है। सो बड़े सूझवीर सूझवान मेरे वीर बैठे हो आपां सारे अपनी जनरेशन नूं बचाउणा है किस तरह बचाउणा है इहदे बारे आपां जरूर उपराला करिए कोई ना कोई दा रस्ता लभीए कि जिहड़े इत्थे वाले बच्चे आ उत्थे जो वरत रहा तुहानूं पता ही है इत्थों वालिआं नूं किस तरीके नाल आपां बचा सकदे आ किस तरह उन्हां दी सहायता कर सकदे आ। सो ये आपां नूं जरूर उपराले जरूर करने चाहीदे हन। सो इन्नियां कु बेनतियां करदा होइआं कोई 10 करोड़ शब्द किसी के खिलाफ वध घट बोलिया गया होवे। वाहेगुरु जी का खालसा वाहेगुरु। धन्यवाद जी सरदार मत्यार सिंह होना ने गल की नशिया की और भ्रूण हत्या की। माँ एक माँ माँ जमती है एक माँ केड़े राह वल तुर पे दुनिया कुख दे विच ही मार नूं माँ। इस चीज़ का सानू साडा पंजाबी सभ्याचार इजाजत नहीं दिता दिंदा गुरमत इजाजत नहीं दिंदी। असीं सारे बहुत गिणती सिख धर्म मनण वाले हाँ सानू कोई भी साडा इतिहास साडा सभ्याचार इजाजत नहीं दिंदा। घट्टो घट्ट मैं टीवी के जरिए बेनती करना चाहूँगा पंजाबी जो घट्टो घट्ट इस चीज़ को अपने समाज के विचों कढ के पट के बाहर सुट दे। एक बार मीडिया पंजाब के जरिए मैं बेनती करना चाहूँगा। हुण मैं मंच चलाउण वास्ते सद्दा दे रहा साडे इंग्लैंड तो पहुँचे वीर जो गीतकार भी ने और टीवी के बहुत अच्छे पेशकार ने जो सिख चैनल यूके नाल जुड़े हुए हैं। मेरा वीर गुरशरण सिंह साडे विच अज पहली बार साडे विहड़े विच आए ने उन्हां दा स्वागत करते हैं तो और मत चलाउण लई सद्दा दिंदे हां गीत गाउंगे वीर गुरशरण सिंह। सब तो पहला तो कंधारवी साहब नूं असीस आ जां कह लो वी इहनां दा पुन्न जिहड़ा सानूं इत्थे लै के आए आ इन्हां ने बड़ी प्रेरणा की आपां जाके देखिए उत्थे की आ और उत्थे इत्थे आके एक चीज़ मैनूं दिसी। मैं पहला ना लिखते हुंदे सी पंजाब च ते मेरे मन में एक सोच जी बन गई कि शायद जिहड़े लेखक जां सभ्याचार की गल करते आम
ਉੱਥੇ ਸ਼ਾਇਦ ਕੋਈ ਚੀਨ ਤੇ ਰੂਸ ਦੇ ਜਿਹੜੇ ਨਾ ਤੰਬੂ ਲੱਗੇ ਆ, ਪਰ ਮੈਂ ਇੱਥੇ ਆ ਕੇ ਬੜੀ ਵਿਲੱਖਣਤਾ ਦਿਸੀ ਕਿ ਸੱਚ ਬੋਲਣ ਵਾਲੀਆਂ ਰੂਹਾਂ, ਕਿ ਇੱਥੋਂ ਦਾ ਜਿਹੜਾ ਸਾਹਿਤਕਾਰ ਆ ਉਹ ਕਾਫੀ ਆਜ਼ਾਦ ਹੈ ਪੰਜਾਬ ਦੇ ਸਾਹਿਤਕਾਰ ਨਾਲੋਂ, ਕਿ ਚਿਹਰੇ ਤੇ ਜਾ ਕੇ ਨੀ ਉਹ ਗੱਲ ਹੁੰਦੀ, ਉਹਦੇ ਦਿਲ ਦੀ ਆਵਾਜ਼ ਦੇਖੋ ਨੀ, ਘਰੋਂ ਦੇਖੋ ਕੀ ਕਹਿ ਰਹੀ ਆ। ਚਲੋ ਗੱਲ ਕਰ ਰਿਹਾ ਇੱਕ ਅੰਤਰਮੁਖੀ ਕਵਿਤਾ ਆ, ਕਾਫੀ ਦੇਰ ਦੀ ਲਿਖੀ ਸੀ ਤੇ ਹੁਣ ਇਹ ਚੰਗਾ ਲੱਗਦਾ ਫਿਰ ਦੁਬਾਰਾ ਜ਼ਰੂਰ ਜਾਗੂਗੀ। ਗੱਲ ਹੈ ਇਸ਼ਕ ਦੀ ਪਿਆਰ ਦੀ, ਕਿ ਤੁਹਾਡਾ ਇਸ਼ਕ ਕਿਸ ਪਾਸੇ ਨੂੰ ਹੈ, ਖੁਦਾ ਵੱਲ ਨੂੰ ਹੈ, ਆਪਣੇ ਕਿੱਤੇ ਵੱਲ ਨੂੰ ਹੈ, ਕਿ ਸੰਘਰਸ਼ ਵੱਲ ਨੂੰ ਹੈ। ਸੱਚੀ ਆਸ਼ਕੀ ਨਾਮ ਖੁਦਾ ਵਾਲਾ, ਸੱਚੀ ਆਸ਼ਕੀ ਨਾਮ ਖੁਦਾ ਵਾਲਾ, ਮੈਂਡੀ ਕੋਲ ਵਜ਼ੂਦ ਰੁਸ਼ਨਾਏ ਜਾਵੇ, ਸੱਚੀ ਆਸ਼ਕੀ ਨਾਮ ਖੁਦਾ ਵਾਲਾ, ਮੈਂਡਾ ਕੋਲ ਵਜ਼ੂਦ ਰੁਸ਼ਨਾਏ ਜਾਵੇ, ਸ਼ਾਲਾ ਅੱਖ ਜਮਾਨੇ ਦੀ ਚਿੱਟੜਾਏ, ਇਹ ਕੀ ਜਾਣੇ ਕਿਉਂ ਇਸ਼ਕ ਰੁਆਏ ਜਾਵੇ। ਆਪਣੇ ਆਪ ਨਾਲ ਗੱਲ ਹੈ ਜੀ। ਸੋਹਣ ਸੂਲੇ ਕਿੱਕਰਾਂ ਦੀ ਓ ਨੀ, ਸੋਹਣ ਸੂਲੇ ਕਿੱਕਰਾਂ ਦੀ ਸਾਡੇ ਰਾਹਾਂ 'ਚ ਵਿਛਾਉਣੀ ਕਾਨੂੰ ਪਾਈ, ਨੀ ਜਾਣਾ ਬੜੀ ਦੂਰ ਵੈਰਨੇ, ਨੀ ਜਾਣਾ ਬੜੀ ਦੂਰ ਵੈਰਨੇ, ਸਾਡੇ ਪੱਬਾਂ ਵਿੱਚੋਂ ਰੱਤ ਕਿਉਂ ਚੁਆਈ, ਨੀ ਸੋਹਣ ਸੂਲੇ ਕਿੱਕਰਾਂ ਦੀ ਪਾਤੀਆਂ ਵਿਆਈਆਂ ਸਾਡੀ ਹੀ ਰੱਤ ਫਿਰੇ ਡੁੱਲਦੀ, ਪਾਟੀਆਂ ਵਿਆਈਆਂ ਸਾਡੀ ਹੀ ਰੱਤ ਫਿਰੇ ਡੁੱਲਦੀ, ਤੈਨੂੰ ਵੇਖ ਕੇ ਤਰਸ ਵੀ ਨਾ ਆਇਆ, ਪੈਂਡਾ ਨੀ ਲਮੀਰਾ ਯਾਰ ਦਾ, ਪੈਂਡਾ ਨੀ ਲਮੀਰਾ ਯਾਰ ਦਾ, ਥਲਕਾਂ ਨੂੰ ਤੱਤੀਏ ਤੂੰ ਪਾਈ, ਨੀ ਸੁਣ ਸੁਲੇ ਕਿੱਕਰਾਂ ਦੀ ਯਾਰ ਮੇਰਾ ਦੂਰ ਨੀ ਅਨੰਤ ਲਾਗੇ ਵਸਦਾ, ਯਾਰ ਮੇਰਾ ਦੂਰ ਨੀ ਅਨੰਤ ਲਾਗੇ ਵਸਦਾ, ਧਰਤ ਆਕਾਸ਼ ਜਿੱਥੇ ਮਿਲਦੇ ਤੇ ਹਾਇਆ ਵਿੱਚ ਸਾਗਰਾਂ ਦੇ, ਤੇ ਹਾਇਆ ਵਿੱਚ ਸਾਗਰਾਂ ਦੇ, ਖੜਾ ਮੈਂ ਚਟਾਨ ਵਾਂਗੂ, ਉਹ ਮਹਿਸੂਸ ਹੋਵੇ ਵਸੇ ਲਾਗੇ ਦਿਲ ਦੇ, ਮਹਿਸੂਸ ਹੋਵੇ ਵਸੇ ਲਾਗੇ ਦਿਲ ਦੇ, ਉਹ ਸਾਈ ਨੂੰ ਜ਼ਰੂਰ ਮਿਲਣਾ, ਉਹ ਮਾਹੀ ਨੂੰ ਜ਼ਰੂਰ ਮਿਲਣਾ, ਉਹ ਦਿਲ ਮੈਂਡਾ ਪਾਉਂਦਾ ਏ ਦੁਹਾਈ, ਨੀ ਸੋਹਣ ਸੂਲੇ ਕਿੱਕਰਾਂ ਦੀ ਏ, ਦਿਲਦਾਰ ਪਰਛਾਵੇ ਆਸ਼ਿਆਨਾ ਮੇਰਾ, ਦਿਲਦਾਰ ਪਰਛਾਵੇ ਆਸ਼ਿਆਨਾ ਮੇਰਾ, ਉਹ ਲੈਣੀਆਂ ਨੇ ਇਹਨਾਂ ਸੰਗ ਲਾਵਾਂ, ਉਹ ਜੱਗ ਸਾਨੂੰ ਤੱਕ ਤੱਕ ਸੋਚਾਂ ਵਿੱਚ ਗੁੰਮੀ ਜਾਵੇ, ਉਹ ਮੈਂ ਸਾਹਾਂ ਜਿਹਾ ਯਾਰ ਹੈ ਬਣਾਉਣਾ, ਉਹ ਆਸਾਂ ਵਾਲੀ ਜੋਤ ਜਗਦੀ, ਉਹ ਆਸਾਂ ਵਾਲੀ ਜੋਤ ਜਗਦੀ, ਬੜੇ ਬਿਖੜੇ ਰਾਹਾਂ ਦੇ ਅਸੀਂ ਰਾਹੀ, ਨੀ ਸੁਣ ਸੁਲੇ ਕਿੱਕਰਾਂ ਦੀ ਏ
ਚੋਬਾ ਤਿੱਖੀਆਂ ਨੇ ਮੇਰੇ ਕੱਢ ਤੇ ਤਰਾਹ ਅੱਜ ਖਿੱਚਾਂ ਨੇ ਪਿਛਾਂ ਦੇ ਵੱਲ ਪਾਈਆਂ ਖਿੱਚਾਂ ਨੇ ਪਿਛਾਂ ਦੇ ਵੱਲ ਪਾਈਆਂ ਉਹ ਕੱਢ ਦੇ ਭੁਲੇਖਾ ਉਹ ਕੱਢ ਦੇ ਭੁਲੇਖਾ ਸੰਧੂ ਹੁਣ ਨਹੀਂ ਉਹ ਰੁਕਦਾ ਨਭਾਉਣ ਦੇ ਜੋ ਯਾਰ ਸੰਗ ਲਾਈਆਂ ਨਭਾਉਣ ਦੇ ਜੋ ਯਾਰ ਸੰਗ ਲਾਈਆਂ ਉਹ ਤੂੰ ਵੀ ਲਾ ਲੈ ਰੀਝਾਂ ਚੱਲੀਏ ਨੀ ਤੂੰ ਵੀ ਲਾ ਲੈ ਰੀਝਾਂ ਚੱਲੀਏ ਬੜੇ ਵੱਲਣੇ ਰਾਹਾਂ ਦੇ ਅਸੀਂ ਰਾਹੀ ਨੀ ਸੁਣ ਸੁਣੇ ਕਿਕਰਾਂ ਦੀਏ ਇੱਕ ਵਾਰ ਫਿਰ ਤਾਲੀਆਂ ਲਾ ਦਿਓ ਸਾਡੇ ਵੀਰ ਦੇ ਨਾਲ ਥੈਂਕ ਯੂ ਸੋ ਹੁਣ ਜਿਹੜੀ ਅਗਲੀ ਕਾਰਵਾਈ ਹੈ ਜੋ ਕਿ ਆਪਣੇ ਇੱਕ ਸਾਡਾ ਜਿਹੜਾ ਅਨਮੋਲ ਖਜ਼ਾਨਾ ਜਿਹਨੂੰ ਅਸੀਂ ਹੁਣ ਦੁਬਾਰਾ ਰਿਲੀਜ਼ ਕਰਨਾ ਹੈ ਇਸ ਮੰਚ 'ਤੇ ਉਹਦੇ ਲਈ ਮੈਂ ਬੋਲਣਾ ਚਾਹਾਂਗਾ ਕੇਸ਼ਵ ਉਹਨਾਂ ਨੂੰ ਕਿ ਉਹ ਸਟੇਜ 'ਤੇ ਆਉਣ ਅਤੇ ਜਿਹੜੀ ਅਗਲੀ ਕਾਰਵਾਈ ਹੈ ਦੱਸਣ ਸਾਡੇ ਮਿਹਰਬਾਨੀ ਜੀ ਪਹਿਲਾਂ ਤਾਂ ਤੁਹਾਨੂੰ ਫਿਰ ਦੁਬਾਰਾ ਇੱਕ ਵਾਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਟਵਾਲ ਸਾਹਿਬ ਬੜੀਆਂ ਕੰਮ ਦੀਆਂ ਗੱਲਾਂ ਕਰਕੇ ਗਏ ਆ ਵੀ ਬੀਬੀਆਂ ਨੂੰ ਵੱਧ ਸ਼ਮੂਲੀਅਤ ਕਰਨੀ ਚਾਹੀਦੀ ਹੈ ਅਤੇ ਅਜੇ ਸਾਡੇ ਕੋਲ ਇੱਕ ਹੋਰ ਬੀਬੀ ਹੈਗੀ ਆ ਉਹਨੇ ਬੋਲਣਾ ਜ਼ਰੂਰ ਹੈ ਕਿਉਂਕਿ ਪਹਿਲਾਂ ਉਹਨੇ ਜਵਾਬ ਦੇ ਦਿੱਤਾ ਨਾ ਪ੍ਰੀਤ ਨੇ ਪਰ ਬੋਲਣਾ ਜ਼ਰੂਰ ਹੈ ਉਹਨੇ ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਜ਼ਰੂਰ ਬੋਲਦੇ ਹਾਂ ਕਿਉਂਕਿ ਹੁਣ ਤਸੇ ਉਹਨਾਂ ਦੀ ਵੀ ਰੱਖਣੀ ਪੈਣੀ ਹੈ ਜੇ ਨਹੀਂ ਬੋਲਣਾ ਤਾਂ ਤਸੇ ਉਹਨਾਂ ਦੀ ਵੀ ਬੀਤੀ ਹੁੰਦੀ ਅਤੇ ਕੁਛ ਗੱਲਾਂ ਜਿਹੜੀਆਂ ਮੈਂ ਇੱਥੇ ਕਰਦੀਆਂ ਨੇ ਉਹ ਇਹ ਹੈ ਜਿਹੜੀਆਂ ਬੋਲੀਆਂ ਗਈਆਂ ਇੱਕ ਨਸ਼ਿਆਂ ਬਾਰੇ ਬਹੁਤ ਹੈ ਨਸ਼ਿਆਂ ਬਾਰੇ ਮੈਂ ਤੁਹਾਨੂੰ ਇੰਨਾ ਦੱਸਣਾ ਚਾਹੁੰਦਾ ਕਿ ਮੀਡੀਆ ਪੰਜਾਬ ਰੇਡੀਓ ਔਰ ਟੀ ਵੀ 'ਤੇ ਜਿੰਨੀ ਵਾਰੀ ਅਸੀਂ ਗੱਲ ਕੀਤੀ ਹੈ ਔਰ ਪੂਰੇ ਅੰਕੜੇ ਦੇ ਕੇ ਗੱਲ ਕੀਤੀ ਹੈ ਪੰਜਾਬ 'ਚ ਕਿੰਨੇ ਠੇਕੇ ਆ ਪੰਜਾਬ ਸਰਕਾਰ ਨੂੰ ਕਿੰਨਾ ਉੱਤੋਂ ਟੈਕਸਾਂ ਦਾ ਸਭ ਤੋਂ ਵੱਧ ਟੈਕਸ ਪੰਜਾਬ ਨੂੰ ਸ਼ਰਾਬ ਤੋਂ ਆਉਂਦਾ ਔਰ ਸਭ ਤੋਂ ਵੱਧ ਪਤਾ ਨਹੀਂ ਕਿੰਨੇ ਕਰੋੜ ਬੋਤਲਾਂ ਪੰਜਾਬ 'ਚ ਸ਼ਰਾਬ ਦੀਆਂ ਪੀਤੀਆਂ ਹੁਣ ਸਵਾਲ ਇੱਕ ਪੈਦਾ ਹੁੰਦਾ ਹੈ ਕਿ ਜੇ ਕੱਲ੍ਹ ਨੂੰ ਜ਼ਹਿਰ ਤੋਂ ਵੱਧ ਟੈਕਸ ਆਉਣ ਲੱਗ ਪਿਆ ਕਿ ਜ਼ਹਿਰ ਵੇਚੀ ਜਾਓ ਇਹ ਅਸੀਂ ਬੜੀ ਵਾਰ ਕਿਹਾ ਜਿਹਨਾਂ ਨੇ ਨਹੀਂ ਰੇਡੀਓ ਸੁਣਿਆ ਉਹਨਾਂ ਨੂੰ ਮੇਰੀ ਫੇਰ ਬੇਨਤੀ ਹੈ ਤੁਸੀਂ ਰੇਡੀਓ ਸੁਣਦੇ ਰਹੋ ਅਸੀਂ ਵਾਰ ਵਾਰ ਕਰਦੇ ਹਾਂ ਧਰੂਣ ਹਸਤੇ ਵੀ ਮੇਰਾ ਵੀਰ ਹੁਣੇ ਗੱਲ ਕਰਕੇ ਗਿਆ ਇਹਦੇ ਬਾਰੇ ਅਸੀਂ ਬਹੁਤ ਪ੍ਰੋਗਰਾਮ ਕੀਤੇ ਕਿਉਂਕਿ ਇਹ ਜਿੱਥੋਂ ਜੰਮਦੇ ਆ ਜਿਹੜੇ ਸਾਡੇ ਵਹਿਮ ਹੈ ਜਿਹੜੇ ਸਾਡੇ ਰਸਮ ਰਿਵਾਜ਼ ਹੈ ਜੇ ਉਹਨਾਂ 'ਚੋਂ ਇਹ ਗੱਲਾਂ ਜੰਮਦੀਆਂ ਹਨ ਆਪਾਂ ਸਾਰਿਆਂ ਦਾ ਫਰਜ਼ ਬਣਦਾ ਵੀ ਪਹਿਲਾਂ ਉਹਨਾਂ ਦਾ ਖਾਤਮਾ ਕਰੀਏ ਦਾਜ ਦਹੇਜ ਹੈ ਜਿਨ੍ਹਾਂ ਦੇ ਮੁੰਡੇ ਕੁੜੀਆਂ ਵਿਆਹਣ ਵਾਲੇ ਹੋ ਆਪ ਫੈਸਲਾ ਕਰ ਲਓ ਇਹਦੇ ਤੋਂ ਕਿਸੇ ਨੂੰ ਪੁੱਛਣ ਦੀ ਕਿਆ ਲੋੜ ਹੈ ਅਸੀਂ ਦਾਜ ਨਾ ਲੈਣਾ ਅਤੇ ਨਾ ਦੇਣਾ ਜਦੋਂ ਧੀ ਨੂੰ ਦਾਜ ਦੇਣਾ ਪੈਂਦਾ ਉਦੋਂ ਸੱਟ ਵੱਜਦੀ ਨਾ ਵੀ ਇਹਦਾ ਜੇ ਪਹਿਲਾਂ ਖਾਤਮਾ ਕੀਤਾ ਹੁੰਦਾ ਅੱਜ ਬਚ ਜਾਂਦੀ ਸੋ ਇਹ ਸਾਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ ਇਸੇ ਕਰਕੇ ਕਿਤਾਬਾਂ ਤੁਹਾਡੇ ਸਾਹਮਣੇ ਆਉਂਦੀਆਂ ਮੀਡੀਆ ਪੰਜਾਬ ਦਾ ਪਹਿਲੇ ਦਿਨੋਂ ਯਤਨ ਰਿਹਾ ਹੈ ਕਿ ਅਸੀਂ ਕਿਤਾਬਾਂ ਲੋਕਾਂ ਤੱਕ ਪਹੁੰਚਾਉਣੀਆਂ ਜਿਹਦੇ ਲਈ ਇੱਥੇ ਸਾਡੇ ਕੋਲ ਯੂਰਪੀ ਪੰਜਾਬੀ ਸਾਥੀ ਸਰਦਾਰ ਮੁਤਸਿਮ ਸਰਾਏ ਵੀ ਬੈਠੇ ਸੰਧੂ ਸਾਹਿਬ ਬੈਠੇ ਕੰਧਾਵੀ ਸਾਹਿਬ ਬੈਠੇ ਸਾਰਿਆਂ ਦੇ ਮੈਂ ਨਾਂ ਲਵਾਂ ਤੁਸੀਂ ਸਾਰੇ ਸਤਿਕਾਰਯੋਗ ਹੋ ਇਹਨਾਂ ਨੇ ਐਡੀ ਬਾਂਹ ਫੜੀ ਹੈ ਮੀਡੀਆ ਪੰਜਾਬ ਦੀ ਅਤੇ ਹੁਣ ਤੱਕ 17 ਕੁਇੰਟਲ ਹੋ ਗਈਆਂ ਜੀ 17 ਕੁਇੰਟਲ ਜਿਹੜੀਆਂ ਕਿਤਾਬਾਂ ਨੇ ਉਹ ਜਰਮਨੀ 'ਚ ਵੰਡੀਆਂ ਜਾ ਚੁੱਕੀਆਂ ਮੀਡੀਆ ਪੰਜਾਬ ਦੇ ਸਮਾਗਮ ਅਤੇ ਇੰਨੀ ਮੇਰਾ ਖਿਆਲ ਜੀ ਸਬਜ਼ੀ ਨਹੀਂ ਖਾਧੀ ਹੋਣੀ 17,000 ਕਿਲੋ ਜਿੰਨੀਆਂ ਕਿਤਾਬਾਂ ਘਰਾਂ 'ਚ ਗਈਆਂ ਗਈਆਂ ਇਸ ਕਰਕੇ ਜ਼ਰੂਰੀ ਹੈ ਵੀ ਜਿਹੜੀਆਂ ਕਿਤਾਬਾਂ ਘਰਾਂ 'ਚ ਗਈਆਂ ਨੇ ਉਹ ਪੜ੍ਹੀਆਂ ਜਾਣ ਅਤੇ ਪੜ੍ਹ ਕੇ ਉਹਨਾਂ 'ਤੇ ਜ਼ਰੂਰ ਕੁਛ ਨਾ ਕੁਛ ਲੱਗੂਗਾ ਆਪਾਂ ਇਹ ਨਹੀਂ ਕਹਿੰਦੇ ਹੁਣ ਜਿਹੜੀਆਂ ਇੱਥੇ ਸਾਡੇ ਕੋਲ ਹੋਰ ਕਿਤਾਬਾਂ ਆਈਆਂ ਨੇ ਅੱਜ ਉਹਨਾਂ ਦੀ ਵੀ ਚੱਠ ਕਰਨੀ ਹੈ ਮੈਂ ਚੱਠ ਇਸ ਕਰਕੇ ਕਹਿ ਰਿਹਾ ਇਹ ਸ਼ਬਦ ਸਾਡੇ ਪਾਕਿਸਤਾਨੀ ਵੀਰ ਵਰਤਦੇ ਹੈ ਅਤੇ ਸਾਡੇ ਵਾਲੇ ਮੂਰਖ ਮੈਂ ਮੂਰਖ ਕਹਿ ਰਿਹਾ ਜੇ ਕਿਸੇ ਨੂੰ ਬੁਰਾ ਲੱਗੇ ਤਾਂ ਮੈਨੂੰ ਮਾਫ਼ ਕਰ ਦਿਓ ਪਰ ਮੈਂ ਸ਼ਬਦ ਫੇਰ ਵੀ ਇਹੀ ਕਹੂੰਗਾ ਉਹ ਘੁੰਡ ਚੁਕਾਈ ਕਰਦੇ ਆ ਯੂਨੀਵਰਸਿਟੀਆਂ ਦੇ ਅੰਦਰ ਘੁੰਡ ਕਿਸੇ ਔਰਤ ਦਾ ਚੱਕਿਆ ਜਾਂਦਾ ਕਦੇ ਕਿਤਾਬ ਦਾ ਨਹੀਂ ਕਿਉਂਕਿ ਘੁੰਡ ਕੱਢ ਕੇ ਤਾਂ ਕਿਸੇ ਨੇ ਲਿਖਿਆ ਹੀ ਨਹੀਂ ਉਹਦਾ ਘੁੰਡ ਚੱਕਣ ਦੀ ਲੋੜ ਨਹੀਂ ਪੈਂਦੀ ਇੱਕ ਸ਼ਬਦ ਮੈਂ ਹੋਰ ਇੱਥੇ ਤੁਹਾਡੇ ਨਾਲ ਕਲੀਅਰ ਕਰਦਿਆਂ ਵੀ ਸਾਡੇ ਜੀ ਜਿਹੜੇ ਆਪਾਂ ਲਿਖਦੇ ਹਾਂ ਕਿਸੇ ਬਾਰੇ ਲਿਖਤਾ ਮੈਂ ਮੁਤਸਿਮ ਸਰਾਏ ਹੋਰਾਂ ਬਾਰੇ ਲਿਖਦੇ ਹਾਂ ਕੋਈ ਲੇਖ ਉਹਨੂੰ ਕਹਿੰਦੇ ਆ ਸ਼ਬਦ ਚਿੱਤਰ ਸਾਡੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਡਾਕਟਰ ਉਹਨੂੰ ਸਾਰੇ ਰੇਖਾ ਚਿੱਤਰ ਲਿਖਦੇ
मैं अंग्रेजी तो नहीं पढ़िया आ पर इस शब्द बारे मैं अंग्रेजी जरूर पता है कि जिहड़ा पेंसिल स्केच है जिहड़ा असीं किसे नूं पेंसिल नाल बना के दिंदे आ उहनूं कहिंदे आपां रेखा चित्र रेखावां नाल बनाया गया पर जदों शब्दां नाल लिखिया जांदा है उहनूं असीं शब्द चित्र कहिंदे आ तुसीं बड़े बड़े बंदिआं नाल मैं तिन्नां बंदिआं नूं जी फेसबुक ते लिखिया ਤੇ ਭਾਈ ਤੇਰਾ ਆ ਗਲਤ ਹੈ ਜਿਹੜਾ ਤੇ ਰੇਖਾ ਚਿੱਤਰ ਲਿਖਿਆ ਉਹਨੇ ਜਵਾਬ ਨਹੀਂ ਦਿੱਤਾ ਬਾਕੀ ਗੱਲਾਂ ਜਵਾਬ ਦੇ ਦਿੱਤੇ ਕਿਉਂਕਿ ਉਹਨਾਂ ਨੂੰ ਲੱਗਾ ਵੀ ਇਹ ਮੂਰਖ ਬੰਦਾ ਮੈਨੂੰ ਟੋਕ ਰਿਹਾ ਮੇਰੇ ਨਾਲ ਡਾਕਟਰ ਪ੍ਰੋਫੈਸਰ ਲੱਗਾ ਆ ਤੇ ਇਹ ਅਨਪੜ੍ਹ ਬੰਦਾ ਮੈਨੂੰ ਟੋਕਦਾ ਅਸੀਂ ਜੇ ਮੇਰਾ ਬੱਚਾ ਮੈਨੂੰ ਕੁਝ ਕਹੇ ਤਾਂ ਮੈਨੂੰ ਸਿੱਖਣਾ ਚਾਹੀਦਾ ਵੀ ਹਾਂ ਠੀਕ ਹੈ ਮੇਰੀ ਗਲਤ ਹੈ ਮੈਂ ਇਸ ਗੱਲ 'ਚ ਗਲਤ ਹੈ ਔਰ ਅਸੀਂ ਸਿੱਖਦੇ ਹਾਂ ਕਿਉਂਕਿ ਅਸੀਂ ਜਿਹੜੇ ਇੱਥੇ ਆ ਕੇ ਜਰਮਨ ਸਿੱਖੇ ਹੈ ਸਾਡਾ ਪ੍ਰੋਨਾਂਸੀਏਸ਼ਨ ਉਹ ਨਹੀਂ ਜੋ ਸਾਡੇ ਬੱਚਿਆਂ ਦਾ ਕਈ ਵਾਰੀ ਜਦ ਮੇਰਾ ਪੁੱਤਰ ਜਾਂ ਧੀ ਮੇਰੀ ਮੈਨੂੰ ਟੋਕਦੇ ਹੈ ਵੀ ਬਾਬਾ ਆਹ ਇੱਦਾਂ ਨਹੀਂ ਇੱਦਾਂ ਮੈਂ ਕਿਹਾ ਠੀਕ ਹੈ ਇਹ ਤੇਰੀ ਜਵਾਨ ਹੈ ਤੇ ਮੈਂ ਤੇ ਇੱਥੋਂ ਸਿੱਖਣ ਜੋ ਕੋਈ ਸ਼ਰਮ ਮਹਿਸੂਸ ਨਹੀਂ ਕਰ ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਸ਼ਬਦਾਂ ਦਾ ਸ਼ਬਦ ਜੋੜਾਂ ਦੀ ਗੱਲ ਆਪਾਂ ਕਰਦੇ ਸੀਗੇ ਇਹ ਬਹੁਤ ਸਾਰੇ ਐਸੇ ਸਵਾਲ ਨੇ ਜਿਹੜੇ ਸਾਡੇ ਵਿਦਵਾਨਾਂ ਨੇ ਪਾਸੇ ਧੱਕਦੇ ਆ ਜਿਹਨੂੰ ਕੋਈ ਕੁਰਸੀ ਤੇ ਬਹਾਲ ਦਿੰਦੇ ਆ ਉਹ ਫਿਰ ਚੁੱਪ ਕਰਕੇ ਉਹਨਾਂ ਦੀ ਪੰਜਾਲੀ 'ਚ ਜੁੜ ਜਾਂਦਾ ਤੇ ਪੰਜਾਲੀ 'ਚ ਹੁੰਦਾ ਹੈ ਬੰਦੇ ਉਹ ਖੋਪੇ ਲਾਏ ਆ ਅੱਖਾਂ ਤੇ ਝਾਂਜਰਾਂ ਪਾਈਆਂ ਅਨਾਮਾ ਸ਼ਨਾਮਾ 'ਚ ਵੰਡੇ ਪਏ ਆ ਇਹਨਾਂ ਸਾਰੀਆਂ ਗੱਲਾਂ ਨੂੰ ਆਪਾਂ ਪਾਸੇ ਛੱਡ ਦਈਏ ਪਾਸੇ ਛੱਡਿਆ ਨਹੀਂ ਜਾ ਸਕਦਾ ਗੁਰਮਤ ਦੀਆਂ ਗੱਲਾਂ ਕਰ ਲਓ ਗੁਰਮਤ 'ਚ ਇਹੀ ਸੁਨੇਹਾ ਮੈਂ ਜਿੱਥੇ ਵੀ ਜਾਂਦਾ ਮੈਂ ਗੁਰਦੁਆਰੇ 'ਚ ਇੱਕ ਬੇਨਤੀ ਜ਼ਰੂਰ ਕਰਦਾ ਜਿਹੜੇ ਇਹ ਸਵਾਲ ਹੈ ਨਾ ਇੱਥੇ ਵਿਚਾਰੇ ਗਏ ਭਾਈ ਤੁਸੀਂ ਇੱਕ ਐਤਵਾਰ ਨੂੰ 15 ਮਿੰਟ ਸਮਾਜਿਕ ਮਸਲਿਆਂ 'ਤੇ ਵੀ ਬੋਲੋ ਪਰ ਨਹੀਂ ਬੋਲਦੇ ਕਿਉਂਕਿ ਉਸ ਦਾ ਪਹਿਲਾਂ ਕਮੇਟੀ ਅੱਧੀ ਅੱਧੀ ਹੋ ਜਾਂਦੀ ਆ ਉਹ 'ਤੇ ਇੱਕ ਦੂਜੇ ਜੂਤ ਪਤਾਣ ਕਰਨਾ ਹੁੰਦਾ ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਆਪੋ ਆਪਣੇ ਰਾਹੀਂ ਤੁਰੀਏ ਜੇ ਰਾਹਾਂ 'ਤੇ ਤੁਰਾਂਗੇ ਤਾਂ ਰਾਹ ਪੈਣਾ ਇੱਕ ਵੱਖਰਾ ਜਦੋਂ ਤਾਈਂ ਅਸੀਂ ਪਾਈਆਂ ਪੈੜਾਂ 'ਤੇ ਤੁਰੀ ਜਾਂਦੇ ਹਾਂ ਅਸੀਂ ਕਿਸੇ ਦੇ ਦੀ ਉੱਥੇ ਪਿੱਠ ਲਾਉਣ ਜਾਂਦੇ ਹਾਂ ਜਿਹੜਾ ਗੁਰਦੁਆਰੇ 'ਚ ਵੀ ਪਿੱਠ ਲਾਉਣ ਜਾਂਦਾ ਉਹ ਕਿਸੇ ਪ੍ਰਧਾਨ ਦੀ ਪਿੱਠ ਨਹੀਂ ਲੱਗਦੀ ਕਿਸੇ ਸੈਕਟਰੀ ਦੀ ਪਿੱਠ ਨਹੀਂ ਲੱਗਦੀ ਗੁਰੂ ਦੀ ਪਿੱਠ ਲੱਗਦੀ ਤੇ ਉਹਦੇ 'ਚ ਸਾਰੇ ਹੀ ਸਰਗਰਮ ਨੇ ਜਿਹੜਾ ਗੁਰਦੁਆਰੇ 'ਚ ਪਿੱਠ ਲੱਗਦੀ ਦੇਖ ਕੇ ਚੁੱਪ ਰਹਿੰਦਾ ਉਹ ਵੀ ਉਹਨਾਂ ਵਾਲੇ ਇਹ ਗੱਲਾਂ ਮੈਂ ਤਾਂ ਕਰਨਾ ਮੈਂ ਇੱਕ ਗੱਲ ਹੋਰ ਕਹਿ ਦਿਆਂ ਤੁਹਾਨੂੰ ਬਹੁਤ ਬੁਰੀ ਲੱਗਣੀ ਸਾਰਿਆਂ ਨੂੰ ਪਰ ਕਹਿਣੀ ਮੈਨੂੰ ਇੱਕੋ ਇੱਕ ਭਾਈਚਾਰਾ ਹੈ ਜਿਹਦੇ 'ਚ ਵਿਧਵਾ ਕਲੋਨੀ ਹੈ ਜਿਹਨਾਂ ਦੀਆਂ ਵਿਧਵਾਵਾਂ ਸਿੱਖ ਭਾਈਚਾਰਾ 600 ਕਰੋੜ ਦਾ ਉਹਨਾਂ ਦੀ ਧਾਰਮਿਕ ਜਥੇਬੰਦੀ ਦਾ ਬਜਟ ਹੈ ਤੇ 30 ਸਾਲਾਂ ਦਾ ਲਾ ਲਈਏ 18,000 ਕਰੋੜ ਬਣ ਜਾਂਦਾ 18,000 ਕਰੋੜ 'ਚੋਂ 1 ਕਰੋੜ 2 ਕਰੋੜ ਜਾਂ 100 ਕਰੋੜ ਖਰਚ ਕੇ ਵਿਧਵਾਵਾਂ ਦੀ ਕਲੋਨੀ ਦਾ ਕਲੰਕ ਨਹੀਂ ਧੋਤਾ ਇੱਥੇ ਸਿੱਖ ਭਾਈਚਾਰੇ ਨੇ ਕਿੰਨੇ ਅੱਗ ਨੇ ਸਵਾਲ ਉਠਾਇਆ ਅਸੀਂ ਇੱਥੇ ਆਹ ਜਿਹੜਾ ਮਾਈਕ ਹੈ ਨਾ ਇਹ ਕੋਈ ਜੀਵ ਨੂੰ ਗਰਮ ਕਰਨ ਦਾ ਆਪਣਾ ਹੈ ਨਹੀਂ ਤਰੀਕਾ ਅਸੀਂ ਕੁਛ ਕਰੀਏ ਆਪੋ ਆਪਣੀਆਂ ਪਾਰਟੀਆਂ ਜਿਹੜੀਆਂ ਸਿਆਸੀ ਹੈ ਜਿਹਨਾਂ ਨਾਲ ਅਸੀਂ ਬੱਝੇ ਹੋਏ ਹਾਂ ਪੰਜਾਬ 'ਚ ਉਹਨਾਂ ਦੇ ਲੀਡਰਾਂ ਨੂੰ ਜਿਹੜੇ ਵੀ ਸਾਡੇ ਨਾਲ ਜੁੜੇ ਹੋਏ ਹੈ ਉਹਨਾਂ ਨੂੰ ਕਹੀਏ ਵੀ ਪੰਜਾਬ ਦੇ ਭਲੇ ਦਾ ਵੀ ਕੁਛ ਸੋਚੋ ਤੁਸੀਂ ਸਾਡੇ ਤੋਂ ਵੋਟਾਂ ਮੰਗਦੇ ਹਾਂ ਪੰਜਾਬ ਦੇ ਭਲੇ ਦਾ ਸੋਚੋ ਹੁਣ ਤੁਸੀਂ ਸਾਰਿਆਂ ਨੇ ਜ਼ੋਰ ਲਾ ਕੇ ਪੰਜਾਬ 'ਚ ਇੱਕ ਤਬਦੀਲੀ ਲਿਆਂਦੀ ਹੈ ਜ਼ਾਲਮਾਂ ਦੇ ਖਿਲਾਫ 4 ਬੰਦੇ ਖੜੇ ਕਰਤੇ ਆ ਉਹ 4 ਬੰਦਿਆਂ ਨੇ ਕੁਛ ਨਹੀਂ ਕਰਨਾ ਜੇ ਉਹਨਾਂ ਨੂੰ ਧੱਕਾ ਵੀ ਨਾ ਲਾਇਆ ਇਹ ਨਾ ਇਹ ਭੁੱਲ ਜਾਇਓ ਤੇ ਉਹ ਆਪਣੇ ਆਪ ਚੱਲਣਗੇ ਉਹਨਾਂ ਨੂੰ ਫਿਰ ਧੱਕਾ ਲਾਉਣਾ ਪੈਣਾ ਵੀ ਆਹ ਸਾਡੇ ਮਸਲੇ ਹਾਲਾਂਕਿ ਉਹਨਾਂ ਨੇ ਕਹਿ ਦਿੱਤਾ ਹੈ ਜਿੱਤਦਿਆਂ ਨਹੀਂ ਤੇ ਅਸੀਂ ਸਭ ਤੋਂ ਪਹਿਲਾਂ ਜਿਹੜਾ ਸਵਾਲ ਪੰਜਾਬ ਦਾ ਉਠਾਉਣਾ ਹੈ ਉਹ ਨਸ਼ਿਆਂ ਦਾ ਹੁਣ ਦੇਖਣਾ ਇਹ ਹੈ ਵੀ ਉਠਾਵੇ ਜੇ ਨਹੀਂ ਉਠਾਉਂਦੇ ਤਾਂ ਜਿਹਨਾਂ ਤੋਂ ਆਪਾਂ ਵੋਟਾਂ ਪਵਾਈਆਂ ਆਪਾਂ ਉਹਨਾਂ ਨੂੰ ਫੇਰ ਕੱਸੀਏ ਵੀ ਇਹਨਾਂ ਦੇ ਥੋੜ੍ਹੇ ਜਿਹੇ ਨਾਮਦੇ ਕੱਸੋ ਵੀ ਤੁਸੀਂ ਵਾਅਦਾ ਕੀਤਾ ਇਹਨੂੰ ਪੂਰਾ ਕਰੋ ਜੇ ਪੰਜਾਬ ਦੇ ਭਲੇ ਦੀ ਗੱਲ ਕਰਨੀ ਪਾਣੀ ਇੱਥੇ ਗਹਿਰੀ ਹਵਾ ਉੱਥੇ ਗਹਿਰੀ ਖਾਣ ਪੀਣ ਦਾ ਸਮਾਨ ਉੱਥੇ ਗਹਿਰੀ ਤੇ ਰਿਸ਼ਤੇ ਉਹ ਵੀ ਗਹਿਰੀ ਇਸ ਕਰਕੇ ਇਹਨਾਂ ਨੂੰ ਬਦਲਣ ਦੀ ਲੋੜ ਹੈ ਹੁਣ ਜਿਹੜੀਆਂ ਕਿਤਾਬਾਂ ਆ ਰਹੀਆਂ ਕਿਤਾਬਾਂ ਨੇ ਸਾਡੀ ਸੋਚ ਬਦਲ ਲਈਆਂ ਕਿਤਾਬਾਂ ਸਾਰੇ ਲੈ ਕੇ ਆਏ ਮੈਂ ਕੁਛ ਕਿਤਾਬਾਂ ਬਾਰੇ ਸਿਰਫ 2 ਮਿੰਟ ਦੇਣੇ ਆ ਮੈਨੂੰ ਪਤਾ ਸਾਰਿਆਂ ਨੂੰ ਭੁੱਖ ਲੱਗੀ ਹੋਣੀ ਹੈ ਪਰ ਭੁੱਖ ਉਦੋਂ ਉੱਡ ਜਾਂਦੀ ਹੈ ਜਦੋਂ ਸਾਨੂੰ ਲੱਗਦਾ ਵੀ ਸਾਡੀ ਕੌਮ ਦੀ ਹੋਂਦ ਮਿਟ ਰਹੀ ਹੈ ਇਸ ਹੋਂਦ ਨੂੰ ਬਚਾਉਣ ਦਾ ਸਵਾਲ ਹੈ ਉਹਨੂੰ ਬਚਾਉਣਾ ਜ਼ਰੂਰੀ ਹੈ ਪਹਿਲੀ ਗੱਲ ਕਰਦਾ ਜੀ ਮੈਂ ਆਪਣੇ ਸਿੱਧੂ ਹੋਰਾਂ ਦੀ ਕਿਉਂਕਿ ਅਸੀਂ 3-4 ਕਿਤਾਬਾਂ ਤੁਹਾਡੇ ਸਨਮੁੱਖ ਕਰਨੀਆਂ ਉਹਨਾਂ ਦੀ ਚੱਟ ਕਰਨੀ ਹੈ ਗੁਆਚੇ ਸੁਪਨੇ ਸੰਧੂ ਸਾਹਿਬ ਦਾ ਸਿੱਧੂ ਸਾਹਿਬ ਦਾ ਕਾਵਿ ਸੰਗ੍ਰਹਿ ਇਹਨਾਂ ਨੇ ਪਹਿਲਾਂ ਕਹਾਣੀਆਂ ਦੀ ਕਿਤਾਬ ਲਿਖੀ ਬਾਅਦ 'ਚ ਨਾਵਲ ਪਿਛਲੇ ਸਾਲ ਕੀਤਾ ਸੀਗਾ ਅਸੀਂ ਅਤੇ ਐਤਕਾਂ ਜਿਹੜੀ ਝੱਟ ਹੋ ਰਹੀ ਹੈ ਉਹ ਇਹਨਾਂ ਦੇ ਗੁਆਚੇ ਸੁਪਨੇ ਹੈ ਉਹਦੇ 'ਚ ਬਹੁਤ ਕੁਛ ਤੁਹਾਨੂੰ ਮਿਲਣਾ ਹੈ ਜਦੋਂ ਤੁਸੀਂ ਕਿਤਾਬ ਪੜ੍ਹੋਗੇ ਬਹੁਤ ਕੁਛ ਹੈ ਉਹਦੇ ਵਿੱਚ ਜਿਹੜੇ ਸੁਪਨੇ ਲੈ ਕੇ ਤੁਰੇ ਸਾਂ ਗੁਆਚੇ ਕਿਵੇਂ ਆ
ਇਹ ਧੀਆਂ ਧਿਆਣੀਆਂ ਦੱਸੋ ਕਿਉਂ ਮਰ ਜਾਣੀਆਂ, ਇਹ ਅੱਜ ਵੀ ਸਵਾਲ ਹੈ। ਜਦੋਂ ਕਿ ਗੁਰੂ ਨਾਨਕ ਦੀ ਗੱਲ ਕਰਨ ਲੱਗੇ ਅਸੀਂ ਜ਼ਰੂਰ ਕਹਿੰਦੇ ਵੀ ਸਾਡੇ ਪਾਤਸ਼ਾਹ ਨੇ ਤਾਂ ਆਹ ਕਹਿ ਦਿੱਤਾ ਸੀਗਾ ਵੀ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਫਿਰ 600 ਸਾਲ ਬਾਅਦ ਇਹ ਸਵਾਲ ਕਿਉਂ ਖੜਾ? ਇਹ ਸਵਾਲ ਨਹੀਂ ਸੀ ਖੜਨਾ ਚਾਹੀਦਾ 600 ਸਾਲ ਬਾਅਦ, ਇਸ ਕਰਕੇ ਖੜਾ ਹੈ ਕਿ ਅਸੀਂ ਇਸ ਸਵਾਲ ਵੱਲ ਪਿੱਠ ਕੀਤੀ ਹੋਈ ਹੈ। ਅਤੇ ਸਾਡਾ ਇਹਨਾਂ ਨੇ ਜਿਹੜਾ ਸਾਡਾ ਬਗੂਚਾ ਹੈ ਉਹਨੂੰ ਕਿਵੇਂ ਪੇਸ਼ ਕੀਤਾ? ਘਰੋਂ ਪੁੱਤ ਨੂੰ ਤੋਰਨ ਲੱਗਿਆਂ ਮਾਂ ਲੱਖ ਸ਼ਗਨ ਮਨਾਏ, ਅੱਜ ਪੁੱਤ ਦਾ ਮੂੰਹ ਵੇਖਣ ਨੂੰ ਤੱਕਦੀ ਉਸਦੀਆਂ ਰਾਹਾਂ। ਸਾਡੇ ਸਾਰਿਆਂ ਦੇ ਘਰ ਦੇ ਵੇਖਦੇ ਹੈ ਪਰ ਸਾਡੇ 'ਚੋਂ ਮੁੰਡਾ ਕਿਸੇ ਨੇ, ਕਿਉਂਕਿ ਸਾਡੇ ਇੱਕ ਕਵੀ ਕਹਿੰਦਾ ਹੁੰਦਾ ਵੀ ਸਾਡੇ ਬੱਚਿਆਂ ਦੀ ਇਹ ਜਨਮ ਭੂਮੀ ਹੈ ਅਤੇ ਸਾਡੀ ਇਹ ਮਰਨ ਭੂਮੀ ਹੈ। ਸੋ ਇਸ ਬਗੋਚੇ ਨੂੰ ਦੂਰ ਕਰਨਾ ਤਾਂ ਕਵਿਤਾ ਨਾਲ ਜੁੜਨਾ ਪੈਣਾ ਹੈ। ਅਮਰਜੀਤ ਸਿੰਘ ਹੋਰਾਂ ਦੀ ਕਿਤਾਬ ਗੁਆਚੇ ਸੁਪਨੇ, ਅਸੀਂ ਇਹਨੇ ਸਾਨੂੰ ਇਹ ਵੀ ਮਾਣ ਦਿੱਤਾ ਵੀ ਭਾਈ ਇਹਦੇ ਬਾਰੇ 4 ਕੁ ਸ਼ਬਦ ਵੀ ਲਿਖ ਦਿਓ, ਉਹ ਵੀ ਅਸੀਂ ਲਿਖੇ ਕਿਉਂਕਿ ਸਾਨੂੰ ਵੀ ਇਹਨਾਂ ਦਾ ਜੋੜ ਰਹਿੰਦੀ, ਇਸ ਕਰਕੇ ਸਾਨੂੰ ਇਹਨਾਂ ਦਾ ਹੁਕਮ ਵੀ ਮੰਨਣਾ ਪੈਣਾ ਸੀਗਾ, ਉਹ ਵੀ ਜ਼ਰੂਰ ਕਰਨਾ ਪਿਆ। ਅਗਲੀ ਗੱਲ ਮੈਂ ਹੁਣ ਸਰਾਏ ਸਾਹਿਬ ਦੀ ਗੱਲ ਕਰ ਰਿਹਾ ਕਰਨ ਲੱਗਾ ਵੀ ਪੰਜਾਬੀ ਸੱਥ ਵਾਲੇ ਤਾਂ ਕਮਾਲ ਕਰੀ ਜਾਂਦੇ ਨਾ, ਵੀ ਇੱਕ ਜਿਹਨਾਂ ਨੇ ਨਾਂ ਸੁਣਿਆ ਹੈ ਸੰਤ ਸੰਧੂ ਹੋਰਾਂ ਦਾ, ਉਹਨਾਂ ਦਾ ਭਾਸ਼ ਨਾਲ ਵੀ ਕਾਫੀ ਨਾਂ ਜੁੜਦਾ ਹੈ, ਨੇੜਤਾ ਜੁੜਦੀ ਹੈ, ਪਰ ਉਹਦੇ ਨਾਲੋਂ ਬਹੁਤ ਵੱਖਰੀ ਕਵਿਤਾ ਹੈ ਅਨੰਦ ਪਰਮੇਰ, ਬਹੁਤ ਵਧੀਆ ਕਵਿਤਾ ਹੈ। ਜਿਨ੍ਹਾਂ ਨੇ ਪੜ੍ਹਨੀ ਹੈ ਉਹਨਾਂ ਨੇ ਜ਼ਰੂਰ ਮੈਨੂੰ ਵੀ ਕਹਿਣਾ ਵੀ ਠੀਕ ਹੈ ਸਹੀ ਦੱਸਿਆ ਸੀਗਾ ਵੀ ਅਨੰਦ ਪਰਮੇਰ ਕੀ ਹੈ। ਉਹਦੇ 'ਚ ਸੰਧੂ ਸਾਹਿਬ ਲਿਖਦੇ ਹੈ, ਘੋੜਿਆਂ ਦੇ ਅਸਵਾਰ ਨਹੀਂ ਬਦਲੇ, ਮਲਕ ਭਾਗੋ ਦੇ ਯਾਰ ਨਹੀਂ ਬਦਲੇ, ਨਾਟੋ ਦੇ ਹਥਿਆਰ ਨਹੀਂ ਬਦਲੇ, ਸੰਸਾਰੀ ਕਰਨੇ ਪਾਏ ਘੇਰੇ, ਮੱਛੀਆਂ ਫੜਦੇ ਚਤਰ ਮਛੇਰੇ। ਇਹ ਜਿਹੜੀ ਗੱਲ ਹੈ ਵਿਸ਼ਵੀਕਰਨ ਦਾ ਜਿਹੜਾ ਬਹੁਤ ਕਹੀ ਜਾਂਦੇ ਨਾ ਅਸੀਂ, ਮੈਨੂੰ ਨਹੀਂ ਲੱਗਦਾ ਮੈਂ ਵਿਸ਼ਵੀਕਰਨ ਦੇ ਬਹੁਤਾ ਹੱਕ 'ਚ ਨਹੀਂ ਹੈ, ਕਿਉਂਕਿ ਜਿਹੜਾ ਵਿਸ਼ਵੀਕਰਨ ਆ ਗਿਆ ਕਹਿੰਦੇ ਪਿੰਡ ਬਣ ਗਿਆ, ਇੱਕ ਸਾਰੀ ਦੁਨੀਆਂ ਇੱਕ ਪਿੰਡ ਬਣ ਗਈ ਹੈ, ਵਿੱਚੇ ਲੁਟੇਰੇ ਵਿੱਚੇ ਹੀ ਸਾਧ ਵਿੱਚੇ ਹੀ ਚੋਰ, ਤਾਇਆ ਹੁਣੇ ਦੱਸ ਕੇ ਗਿਆ ਸਾਧਾਂ ਦੀਆਂ ਗੱਲਾਂ, ਉਹ ਸਾਡੇ ਵਿੱਚੇ ਹੀ ਹੈ ਨਾ। ਜੇ ਅਸੀਂ ਉਹਨਾਂ ਨੂੰ ਆਪਣੇ ਕਹਿੰਦੇ ਹਾਂ ਫਿਰ ਤਾਂ ਅਸੀਂ ਵੀ ਬੰਦੇ ਨੂੰ, ਉਹ ਸਾਡੇ ਹੈ ਨਹੀਂ, ਹੈ ਸਾਡੇ ਵਿੱਚੋਂ ਹੀ। ਇਸ ਕਰਕੇ ਇਹ ਜ਼ਰੂਰੀ ਹੈ ਅਤੇ ਅਸੀਂ ਜਦ ਸੰਤ ਸੰਧੂ ਦੀ ਗੱਲ ਕਰਦੇ ਹਾਂ ਤਾਂ ਉਹਦੀ ਕਵਿਤਾ ਦਾ, ਇਸ ਕਰਕੇ ਹੀ ਸੰਤ ਸੰਧੂ ਹੋਣੀ ਜਦ ਕਵਿਤਾ ਲਿਖਦੇ ਨਾ, ਇਹ ਨਮਕ ਹਰਾਮ ਅਲੂਣਾ ਨੇ, ਇਹ ਹੈ ਪ੍ਰਕਾਸ਼ ਵਿਹੂਣਾ ਨੇ, ਇਹ ਚੰਦ ਰੋਸ਼ਨੀ ਊਣਾ ਨੇ। ਇੱਦਾਂ ਦੀ ਜਦੋਂ ਕਵਿਤਾ ਅਸੀਂ ਪੜ੍ਹਦੇ ਹਾਂ ਤਾਂ ਸਾਡੇ ਮਨ 'ਚ ਇੱਕ ਬਹੁਤ ਸਵਾਲ ਪੈਦਾ ਹੁੰਦੇ, ਇੱਕ ਨਹੀਂ ਬਹੁਤ ਸਵਾਲ ਪੈਦਾ ਹੁੰਦੇ ਆ। ਕਿਤਾਬਾਂ ਪੜ੍ਹਨ ਲੱਗਿਆਂ ਬੰਦੇ ਨੂੰ ਇੰਨਾ ਜ਼ਰੂਰ ਲੱਗਦਾ ਹੈ ਕਿ ਮੈਂ ਕਿਹੜੀ ਦੁਨੀਆਂ 'ਚੋਂ ਲੰਘ ਰਿਹਾ, ਅਸੀਂ ਕਿਹੜੀ ਦੁਨੀਆਂ 'ਚ ਰਹਿ ਰਹੇ, ਇਹਨੂੰ ਬਦਲਣ ਦੀ ਕਿਉਂ ਲੋੜ ਹੈ? ਅਤੇ ਕਈ ਵਾਰ ਸਾਡੇ 'ਚੋਂ ਬਹੁਤ ਸਾਰੇ ਹੋਣਗੇ ਜਿਹਦੇ ਮੇਰੇ ਨਾਲ ਵਿਚਾਰ ਨਾ ਮਿਲਦੇ ਹੋਣ, ਵੀ ਆਪਣੇ ਮੁਲਕ 'ਚ ਵੀ ਅਸੀਂ ਜਦ ਸਾਡਾ ਕੋਈ ਬੰਦਾ ਆਉਂਦਾ ਨਾ ਦੂਜੇ ਸੂਬੇ 'ਚੋਂ, ਜਿਵੇਂ ਬਿਹਾਰੀਆਂ ਦੇ ਖਿਲਾਫ ਜਾਂ ਦੂਜਿਆਂ ਦੇ ਖਿਲਾਫ ਅਸੀਂ ਇਹ ਧਾਰਨਾ ਬਣਾਈ ਹੈ ਵੀ ਉਹਨਾਂ ਨੇ ਪੰਜਾਬ ਵਿਗਾੜਿਆ, ਪੰਜਾਬੀ ਵੀ ਬਹੁਤ ਸਾਰੇ ਬਾਹਰ ਹੈ, ਉਹ ਸੂਬਿਆਂ ਵਾਲੇ ਵੀ ਇਹੀ ਕਹਿੰਦੇ ਆ ਵੀ ਸਰਦਾਰੋਂ ਨੇ ਹਮਾਰਾ ਸੂਬਾ ਵਿਗਾੜ ਦਿਆ। ਇਸ ਕਰਕੇ ਇਹ ਬਹੁਤ ਜ਼ਰੂਰੀ ਨਹੀਂ, ਚੰਗੇ ਮਾੜੇ ਹਰ ਭਾਈਚਾਰੇ 'ਚ ਹੁੰਦੇ ਆ, ਉਹਨਾਂ ਨੂੰ ਛੰਡਣਾ ਭੰਡਣਾ ਅਤੇ ਉਹਨਾਂ ਨੂੰ ਅਪਣਾਉਣਾ ਸਾਡੀ ਜ਼ਿੰਮੇਵਾਰੀ ਹੈ। ਇਸ ਕਰਕੇ ਸੰਤ ਸੰਧੂਰੀ ਲਿਖਿਆ ਸੀਗਾ, ਬਿਹਾਰ ਤੋਂ ਆਏ ਨੇ ਦਲਗੀਰੇ, ਦਸਮ ਗੁਰਾਂ ਦੇ ਆਏ ਹੀਰੇ, ਪਟਨਾ ਸ਼ਹਿਰ ਤੋਂ ਆਏ ਵੀਰੇ। ਇਹ ਭਾਈਚਾਰੇ ਦਾ ਇੱਕ ਹੁੱਕ ਹੈ, ਇਸ ਭਾਈਚਾਰੇ ਦੀ ਹੁੱਕ ਇਹਨੂੰ ਅਪਣਾ ਲੈਣਾ ਚਾਹੀਦਾ, ਜਿਹੜਾ ਗੰਦਾ ਬੰਦਾ ਆਉਂਦਾ ਉਹਨੂੰ ਜ਼ਰੂਰ ਸਮਾਜ 'ਚੋਂ ਦੂਰ ਕਰ ਦੇਣਾ ਚਾਹੀਦਾ। ਸੰਤ ਸੰਧੂਰਾਂ ਦੀ ਇਹ ਕਿਤਾਬ ਜਿਹੜੀ ਹੈ ਅਨੰਦ ਪਰਮੇਰ ਬਹੁਤ ਹੀ ਪੜ੍ਹਨ ਯੋਗ ਹੈ, ਅਤੇ ਇਹਦੇ ਬਾਰੇ ਵੀ ਸਰਾਏ ਸਾਹਿਬ ਉਹਨਾਂ ਦਾ ਹੁਕਮ ਮੰਨ ਕੇ ਅਸੀਂ ਕੁਝ ਨਾ ਕੁਝ ਸ਼ਬਦ ਲਿਖੇ ਨੇ, ਬੀਬੀ ਗੁਰਦੀਸ਼ ਉਹਨੂੰ ਵੀ ਲਿਖੇ ਅਤੇ ਮੈਂ ਵੀ ਲਿਖੇ ਅਤੇ ਸਾਨੂੰ ਵੀ ਪੜ੍ਹ ਕੇ ਆਨੰਦ ਆਇਆ, ਤੁਹਾਨੂੰ ਵੀ ਜ਼ਰੂਰ ਆਨੰਦ ਆਏਗਾ। ਇੱਕ ਹੋਰ ਕਿਤਾਬ ਜਿਹੜੀ ਯੂਰਪੀ ਪੰਜਾਬੀ ਸੱਥ ਨੇ ਛਾਪੀ ਹੈ, ਦਰਦ ਵਿਛੋੜੇ ਦਾ ਹਾਲ, ਨਹੀਂ ਜੀ ਸ਼ਾਇਰੀ ਦਾ ਸਫ਼ਰ, ਮੈਨੂੰ ਸ਼ਾਇਰੀ ਦਾ ਸਫ਼ਰ ਜਿਹੜਾ ਆ ਉਹ ਉਵੇਂ ਦਾ ਲੱਗਾ ਜਿਵੇਂ ਸ਼ਾਹ ਹੁਸੈਨ ਗਾਉਂਦਾ ਹੈ ਨਾ, ਅਤੇ ਮਾਏ ਨਹੀਂ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਦਾ ਹਾਲ, ਉਹਦੇ 'ਚ ਉਹੀ ਸਾਰਾ ਜਿਹੜਾ ਹੈ ਜਿੱਦਾਂ ਦਾ ਸ਼ਾਹ ਹੁਸੈਨ ਲਿਖਦਾ, ਮੈਨੂੰ ਬਿਲਕੁਲ ਉਹ ਸੂਫੀ ਕਵੀਆਂ ਵਰਗੀ ਕਾਫ਼ੀ ਕਵਿਤਾ ਨਜ਼ਰ ਆਈ ਹੈ। ਬੀਬੀ ਬਿਰਧ ਨੂੰ ਲਿਖਦੀ ਹੈ, ਸ਼ਾਇਰੀ ਦਾ ਸਫ਼ਰ ਲਮੇਰਾ ਹੈ, ਕਦ ਕਿੱਥੇ ਰੁਕਣਾ ਪੈ ਜਾਵੇ, ਪਰ ਦੇਵੇ ਮੈਨੂੰ ਸ਼ਬਦਾਂ ਦਾ ਮੇਰਾ ਸੁਖਮ ਸਲਾਮਤ ਰਹਿ ਜਾਵੇ। ਫਿਰ ਉਹਨਾਂ ਨੇ ਇਹ ਵੀ ਲਿਖੀਆਂ ਸਤਰਾਂ, ਇਸ ਨਗਰੀ ਹੁਣ ਸੌਣ ਨਾ ਵਰਸਣ, ਬਾਗ ਬਹਾਰਾਂ ਨੂੰ ਪੈ ਤਰਸਣ, ਅੰਬੀਆਂ ਦੇ ਹੰਗੂਰ ਨਾ ਪੈਂਦੇ, ਕੋਇਲ ਦੀ ਅਥਰੂ ਪੈਂਦੇ। ਜਿਸ ਕੋਇਲ ਦੀ ਕੂ ਕੂ ਦੀਆਂ ਸਿਫਤਾਂ ਸਾਰੀ ਸਾਡੀ ਕਵਿਤਾ 'ਚ, ਅੱਜ ਉਸ ਕੋਇਲ ਦੀਆਂ ਅੱਖਾਂ 'ਚ ਅਥਰੂ। ਇਹ ਸਾਡਾ ਪੰਜਾਬ ਹੈ, ਇਹ ਪੰਜਾਬ ਕਿੱਦਾਂ ਬਦਲਿਆ ਹੈ, ਕਿਹਨੇ ਬਦਲਿਆ ਹੈ, ਇਹ ਅਸੀਂ ਫੈਸਲਾ ਕਰਨਾ ਹੈ ਅਤੇ ਉਹਨੂੰ ਮੁੜ ਜਿਉਣ ਯੋਗਾ ਕਿਵੇਂ ਬਣਾਉਣਾ ਹੈ।
ਇਹ ਵੀ ਸਾਡੇ ਅੱਗੇ ਸਵਾਲ ਹੈ। ਇਸ ਨਗਰੀ ਦਾ ਮੁਖੜਾ ਅੜੀਏ ਜਿਉਂ ਪੁੰਨਿਆਂ ਦਾ ਚੰਨ ਨਹੀਂ, ਇਸ ਨਗਰੀ ਦੇ ਮਨ ਵਿੱਚ ਕਾਲਖ ਮਨ ਭਾਵੇਂ ਨਾ ਮਨ ਨਹੀਂ। ਇਹ ਆਖਰੀ ਸਿੱਟਾ ਨੇ ਕੱਢਿਆ ਹੈ ਕਿ ਸਾਡਾ ਸਮਾਜ ਕਿੱਥੇ ਜਾ ਪੜਿਆ, ਇਸ ਆਪਣੇ ਸਮਾਜ ਤੋਂ ਮੁੜਨਾ ਕਿਵੇਂ ਹੈ, ਇਹਦੇ ਵਿੱਚ ਸੁਧਾਰ ਕਿਵੇਂ ਕਰਨਾ ਹੈ, ਇਹ ਸਾਰੀਆਂ ਕਿਤਾਬਾਂ ਪੜ੍ਹਨੀਆਂ ਪੈਣੀਆਂ। ਕਿਉਂਕਿ ਜੇ ਪੜ੍ਹਿਆ ਜਾਂਦਾ ਤਾਂ ਸਾਨੂੰ ਬਹੁਤ ਟਾਈਮ ਲੱਗਣਾ ਅਤੇ ਤੁਸੀਂ ਭੁੱਖਿਆਂ ਨੇ ਗਾਲਾਂ ਮੈਨੂੰ ਕੱਢਣੀਆਂ, ਅਤੇ ਮੇਰਾ ਗਾਲਾਂ ਖਾਣ ਦਾ ਕੋਈ ਇਰਾਦਾ ਨਹੀਂ। ਹੁਣ ਜੀ ਆਪਾਂ ਇਹਨਾਂ ਤਿੰਨਾਂ ਹੀ ਕਿਤਾਬਾਂ ਨੂੰ ਤੁਹਾਡੇ ਸਾਰਿਆਂ ਦੇ ਸਾਨੂੰ ਕਰਨਾ ਹੈ, ਅਤੇ ਇੱਕ ਨਾਵਲ ਹੋਰ ਵੀ ਹੈ ਉਹਦੇ ਬਾਰੇ ਦੀਦੀ, ਹਾਂਜੀ ਉਹ ਬੀਬੀ ਢਿੱਲੋਂ ਜੀ ਦੱਸਣਗੇ, ਰੁੱਤਾਂ ਲਹੂ ਲੁਹਾਣ ਇੱਕ ਜਿਵੇਂ ਜਵਾਨੀ, ਹਾਂਜੀ ਹਾਂਜੀ ਇੱਕ ਕਿਤਾਬ ਹੋਰ ਹੈ ਜੀ ਜੀਵੇ ਜਵਾਨੀ, ਉਹ ਪੜ੍ਹੀ ਨਹੀਂ ਅਜੇ, ਉਹਦੇ ਬਾਰੇ ਮੈਂ ਕਹਿਣਾ ਸੀਗਾ। ਜੀਵੇ ਜਵਾਨੀ ਇੱਕ ਐਸੇ ਪੁਲਿਸ ਅਫਸਰ ਦੀ ਲਿਖੀ ਕਿਤਾਬ ਹੈ ਜੀ, ਇਹ ਮੇਰਾ ਖਿਆਲ ਸਰਾਏ ਸਾਹਿਬ ਉਹਨਾਂ ਦੀ ਬਹੁਤ ਵੱਡੀ ਪ੍ਰਾਪਤੀ ਹੈ। ਜਿਸ ਕਿਤਾਬ ਨੇ ਮੇਰਾ ਖਿਆਲ ਹੈ ਕਿ ਅਫਸਰ ਸ਼ਾਹੀ ਦੇ ਅੰਦਰ ਅਤੇ ਪੁਲਿਸ ਵਾਲਿਆਂ ਦੇ ਅੰਦਰ ਮਨੁੱਖਤਾ ਦੀ ਚਿਣਵ ਜ਼ਰੂਰ ਪੈਦਾ, ਪਰ ਉਹ ਪੜ੍ਹਨ ਤੋਂ ਬਾਅਦ ਹੋਏ। ਇਸ ਕਿਤਾਬ ਨੂੰ ਜ਼ਰੂਰ ਪੜ੍ਹਿਆ ਜਾਣਾ ਚਾਹੀਦਾ ਕਿਉਂਕਿ ਦੂਰੋਂ ਹੀ ਬਹੁਤ ਵੱਡੇ ਪੁਲਿਸ ਅਫਸਰ ਨੇ, ਅਤੇ ਉਹ ਦੱਸਦੇ ਹੈ ਕਿ ਕਿਵੇਂ ਕਹਾਣੀ ਹੈ। ਜਦੋਂ ਆਪਣੀ ਕਹਾਣੀ ਲਿਖਦੇ ਹੈ ਤਾਂ ਫਿਰ ਬਹੁਤ ਸਾਰੇ ਲੋਕਾਂ ਨੂੰ ਪੜ੍ਹ ਕੇ ਲੱਗੇਗਾ ਜੇ ਐਡਾ ਪੁਲਿਸ ਅਫਸਰ ਐਡੀ ਇਮਾਨਦਾਰੀ ਨਾਲ ਜੀ ਸਕਦਾ ਹੈ ਤਾਂ ਹੌਲਦਾਰ ਨੂੰ ਰਿਸ਼ਵਤ ਲੈਣ ਦੀ ਲੋੜ ਕਿਉਂ ਪੈਂਦੀ ਹੈ। ਦੂਜੀ ਗੱਲ, ਉਹ ਮੈਂ ਸਾਹਿਬ ਸਾਹਿਬ ਨੂੰ ਬੇਨਤੀ ਕੀਤੀ, ਅਸੀਂ ਇੱਥੋਂ ਵੀ ਕਹਾਂਗੇ ਜਿਹੜਾ ਕੋਈ ਹੋਰ ਤੁਹਾਡਾ ਵੀ ਵੱਖ ਹੋਵੇ ਉਹਨੂੰ ਵੀ ਕਹੋ ਇਹੋ ਜਿਹੀਆਂ ਕਿਤਾਬਾਂ ਪੁਲਿਸ ਵਾਲਿਆਂ ਦੀ ਜਿਹੜੀ ਟ੍ਰੇਨਿੰਗ ਹੁੰਦੀ ਹੈ ਪੁਲਿਸ ਵਾਲਿਆਂ ਦੇ ਸਿਲੇਬਸ 'ਚ ਲੱਗਣੀਆਂ ਚਾਹੀਦੀਆਂ ਤਾਂ ਕਿ ਪੁਲਿਸ ਵਾਲੇ ਜਿਹੜੇ ਸਾਡੇ ਭੈਣ ਭਰਾ ਨੇ ਬੰਦਿਆਂ ਤੋਂ ਕਬੰਦੇ ਬਣਾ ਦਿੱਤੇ ਗਏ ਆ, ਸਿਸਟਮ ਦੀ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹਨੇ ਉਹਨਾਂ ਨੂੰ ਮੁੜ ਕੇ ਮਨੁੱਖ ਬਣਾ ਕੇ ਮਨੁੱਖਤਾ ਦੀ ਸੇਵਾ 'ਚ ਲਾਇਆ ਜਾ ਸਕੇ। ਜੇ ਕੂਰ ਉਹਨਾਂ ਦਾ ਇਹ ਸੁਨੇਹਾ, ਇਹਦੇ ਬਾਰੇ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਬੇਨਤੀ, ਰੇਡੀਓ 'ਤੇ ਜ਼ਰੂਰ ਗੱਲ ਕਰਾਂਗੇ, ਤੁਹਾਨੂੰ ਵੀ ਪਤਾ ਦਿਆਂਗੇ, ਅਤੇ ਤੁਸੀਂ ਸੁਣਨਾ ਜ਼ਰੂਰ ਕਿ ਉਸ ਕਿਤਾਬ 'ਚ ਹੈ ਕੀ, ਜਿਹੜੇ ਲੈ ਕੇ ਜਾਣਗੇ ਉਹ ਪੜ੍ਹਿਓ ਜ਼ਰੂਰ, ਅਤੇ ਉਹਦੀ ਜ਼ਰੂਰ ਕੋਈ ਨਾ ਕੋਈ ਦੱਸਿਓ ਵੀ ਤੁਹਾਨੂੰ ਉਹਦੇ 'ਚੋਂ ਕੀ ਲੱਭਾ। ਇਹਨਾਂ ਕਿਤਾਬਾਂ ਦੀ ਬਹੁਤ ਵੱਡੀ ਦੇਣ ਹੈ ਅਤੇ ਕਿਤਾਬਾਂ ਹੋਰ ਵੀ ਕਈ ਹੈਗੀਆਂ। ਅਤੇ ਇੱਕ ਗੱਲ ਹੋਰ ਜਿਹੜੀ ਮੈਂ ਦੱਸਦਿਆਂ ਕਿ ਅਸੀਂ ਸੋਵੀਨਰ ਵੀ ਇੱਥੇ ਤੁਹਾਡੇ ਸਨਮੁੱਖ ਕਰਨਾ, ਪਿਛਲੇ ਸਾਲ ਗਦਰੀ ਬਾਬਿਆਂ ਦੀ ਸ਼ਤਾਬਦੀ ਬਣਾਈ ਅਤੇ ਗਦਰੀ ਬਾਬਿਆਂ ਦੀ ਸ਼ਤਾਬਦੀ 'ਚ ਉਦੋਂ ਤੱਕ ਛਪ ਨਹੀਂ ਸੀ ਸਕਿਆ, ਇਸ ਗੱਲ 'ਤੇ ਤੁਸੀਂ ਖਿਮਾ ਕਰਨੀ। ਅਤੇ ਹੁਣ ਜਿਹੜੀਆਂ ਰੁੱਤਾਂ ਲਹੂ ਲੁਹਾਣ, ਮਹਿੰਦਰਪਾਲ ਸਿੰਘ ਹੋਰਾਂ ਦਾ ਆਪਣਾ ਨਾਵਲ ਹੈ ਰੁੱਤਾਂ ਲਹੂ ਲੁਹਾਣ, ਉਹਦੇ ਬਾਰੇ ਵੀ ਢਿੱਲੋਂ ਜੀ ਤੁਹਾਡੇ ਨਾਲ ਕੁਝ ਗੱਲਾਂ ਕਰੋ।